ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਤਿਕਾਰਯੋਗ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਵੈਸੇ ਸਾਡੇ ਘਰਾਂ ਵਿੱਚ ਬਖਸ਼ ਦਰਸ਼ਕ ਜਿਹੜੇ ਬੈਠੇ ਨੇ ਉਹ ਜਾਣਦੇ ਨੇ ਚੰਗੀ ਤਰ੍ਹਾਂ ਕਿ ਸਾਡੀ ਟੀਮ ਜਿਹੜੀ ਨਿਊਯਾਰਕ ਤੋਂ ਉਹ ਰੋਡ ਟ੍ਰਿਪ, ਜਸ ਰੋਡ ਟ੍ਰਿਪ 2019 ਕ੍ਰੋਸ ਕੰਟਰੀ ਰੋਡ ਟ੍ਰਿਪ ਜਿਹੜਾ ਹੈਗਾ ਪਾਵਰਡ ਬਾਈ ਸਲਿੰਗ, ਉਹ ਅੱਜ ਕੱਲ੍ਹ ਚੱਲ ਰਿਹਾ ਅਤੇ ਕੱਲ੍ਹ ਯੂਨੀਵਰਸਿਟੀ ਦੇ ਵਿੱਚੋਂ ਤੁਸੀਂ ਸਿੱਧਾ ਪ੍ਰਸਾਰਣ ਪਰੇਡ ਦਾ 40ਵੀਂ ਜੋ ਨਗਰ ਕੀਰਤਨ ਸੀ ਉਹਦਾ ਦੇਖਿਆ। ਬਹੁਤ ਵਧੀਆ ਫੀਡਬੈਕ ਸਾਨੂੰ ਆਈ, ਸਭ ਦੇ ਤੁਹਾਡੇ ਸੁਨੇਹੇ ਨਾਲ ਦੀ ਨਾਲ ਆ ਜਾਂਦੇ ਸੀਗੇ ਜਦੋਂ ਕਿ ਮਾੜਾ ਮੋਟਾ ਝੋਲ ਝਾਲ ਮਤਲਬ ਕੈਮਰਾ ਇੱਧਰ ਉੱਧਰ ਹੁੰਦਾ ਸੀ ਤਾਂ ਵੀ ਨਾਲ ਦੀ ਨਾਲ ਤੁਹਾਡੇ ਸੁਨੇਹੇ ਘਰਾਂ 'ਚ ਬੈਠੇ ਦਰਸ਼ਕਾਂ ਦੇ ਫੱਟ ਆ ਜਾਂਦੇ ਸੀ ਪੂਰੀ ਦੁਨੀਆ ਦੇ ਵਿੱਚੋਂ, ਕਿ ਜਾਂ ਜਦੋਂ ਕੋਈ ਕਿਤੇ ਬਾਈ ਚਾਂਸ ਮਾੜੀ ਮੋਟੀ ਪ੍ਰੋਬਲਮ ਆਉਂਦੀ ਸੀ ਤਾਂ ਤੁਹਾਡਾ ਨਾਲ ਦੀ ਨਾਲ ਮੈਸੇਜ ਸਾਨੂੰ ਆ ਜਾਂਦਾ ਸੀਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਪਰੇਡ ਨੂੰ ਬਹੁਤ ਪਸੰਦ ਕੀਤਾ। ਯੂਨੀਵਰਸਿਟੀ ਦੀ ਇਹ ਨਗਰ ਕੀਰਤਨ ਜਿਹੜਾ ਹੈਗੇ ਸੀਗੇ ਇਹ ਬੜਾ ਇਹ ਚਾਅ ਸੀ ਸਭ ਦੇ ਵਿੱਚ, ਬਖਸ਼ ਹੈਗੀ ਹੈ ਮੈਂ ਸਮਝਦਾ ਪਰਮਾਤਮਾ ਦੀ ਇਸ ਗੁਰੂ ਘਰ 'ਤੇ ਖਾਸ ਤੌਰ 'ਤੇ ਕਿ ਯੂਨੀਵਰਸਿਟੀ ਅਗਰ ਜਾਣਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਤਾਂ ਇਸ ਨਗਰ ਕੀਰਤਨ ਕਰਕੇ ਇਹ ਜਾਣਿਆ ਜਾਂਦਾ। ਸੋ ਸਭ ਦਾ ਬਹੁਤ ਬਹੁਤ ਧੰਨਵਾਦ, ਸਭ ਦੀ ਬਹੁਤ ਮਿਹਰਬਾਨੀ। ਅੱਜ ਪ੍ਰੋਗਰਾਮ ਮੈਂ ਸਟੂਡੀਓ ਦੇ ਵਿੱਚੋਂ ਕਰ ਰਿਹਾ, ਪਰ ਅੱਜ ਦਾ ਪ੍ਰੋਗਰਾਮ ਲਾਈਵ ਹੋਏਗਾ ਔਰ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਵੀ ਲਵਾਂਗੇ, ਕੋਈ ਵੀ ਗੱਲਬਾਤ ਕਰ ਸਕਦੇ ਹੋ। ਪਰ ਖਾਸ ਹੋਏਗਾ ਅੱਜ ਦਾ ਪ੍ਰੋਗਰਾਮ, ਖਾਸ ਇਸ ਕਰਕੇ ਹੋਏਗਾ ਕਿ ਪਰਮਾਤਮਾ ਵੱਲੋਂ ਸਾਨੂੰ ਡਿਊਟੀਆਂ ਬਖਸ਼ੀਆਂ ਗਈਆਂ। ਕਿਸੇ ਦੀ ਕੋਈ ਡਿਊਟੀ ਲੱਗੀ, ਕਿਸੇ ਦੀ ਕੋਈ ਡਿਊਟੀ ਲੱਗੀ ਹੈ, ਕਿਸੇ ਦੀ ਮੈਂ ਹੁਣ ਪ੍ਰੋਗਰਾਮ ਪੇਸ਼ ਕਰਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਕੁਛ ਜਾਣਨ ਦੀ ਕੋਸ਼ਿਸ਼ ਕਰੀ ਦੀ ਹੈ, ਕੁਝ ਦੱਸਣ ਦੀ ਕੋਸ਼ਿਸ਼ ਕਰੀ ਦੀ ਹੈ। ਕਿਸੇ ਦੀ ਚੰਗੀ ਡਿਊਟੀ ਲੱਗੀ ਹੈ ਅਤੇ ਕਈਆਂ ਦੀਆਂ ਡਿਊਟੀਆਂ ਜਿਹੜੀਆਂ ਉਹ ਕਿਉਂ ਲੱਗੀਆਂ ਨੇ, ਉਹ ਮਾੜੀਆਂ ਵੀ ਲੱਗੀਆਂ ਨੇ ਹੈਗੇ ਨੇ। ਲੀਡਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਤਨੀ ਕਿਸ ਪੱਖੋਂ ਪਰਮਾਤਮਾ ਡਿਊਟੀਆਂ ਲਾ ਰੱਖੀਆਂ, ਇਹ ਕਿਹੜੀ ਸੇਵਾ ਕਰਦੇ ਨੇ ਇਹ ਨਹੀਂ ਸਮਝ ਆਈ ਅੱਜ ਤੱਕ। ਪਰ ਅੱਜ ਦੇ ਮੈਂ ਪ੍ਰੋਗਰਾਮ ਦੀ ਗੱਲ ਕਰਾਂ, ਇੱਕ ਡਿਊਟੀ ਐਸੀ ਪਰਮਾਤਮਾ ਨੇ ਲਾਈ ਹੈ, ਇੱਕ ਡਿਊਟੀ ਐਸੀ ਹੈ ਪਰਮਾਤਮਾ ਦੀ ਪੂਰੀ ਸ੍ਰਿਸ਼ਟੀ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਜਿਹੜੀ ਡਿਊਟੀ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ, ਜਾਂ ਕਿ ਅਸੀਂ ਉਹ ਡਿਊਟੀ ਲੈਣਾ ਹੀ ਨਹੀਂ ਚਾਹੁੰਦੇ, ਉਹ ਇੱਕ ਐਸੀ ਪਰਮਾਤਮਾ ਵੱਲੋਂ ਬਖਸ਼ਿਸ਼ ਹੈ, ਇੱਕ ਐਸੀ ਸੇਵਾ ਜਿਹੜੀ ਹੈ ਉਹ ਪਰਮਾਤਮਾ ਬਖਸ਼ਦਾ ਕਿ ਬਹੁਤ ਘੱਟ ਲੋਕਾਂ ਦੇ ਵਿੱਚ ਉਹ ਚੀਜ਼ ਹੁੰਦੀ ਹੈ। ਅਦਰਵਾਈਜ਼ ਅਸੀਂ ਜੇ ਉਸ ਸੇਵਾ ਦੀ ਗੱਲ ਕਰੀਏ, ਸਾਂਭ ਸੰਭਾਲ ਦੀ ਗੱਲ ਕਰੀਏ, ਕਿਸੇ ਦੇ ਇਲਾਜ ਦੀ ਗੱਲ ਕਰੀਏ, ਤਾਂ ਸਾਡੀ ਫਿਤਰਤ ਜਿਹੜੀ ਇਹ ਬਣ ਚੁੱਕੀ ਅੱਜ ਪੰਜਾਬੀਆਂ ਦੀ, ਤਕਰੀਬਨ ਜ਼ਿਆਦਾਤਰ ਸਾਰਿਆਂ ਦੀ ਨਹੀਂ, ਬਹੁਤ ਸਾਰੇ ਲੋਕਾਂ ਦੀ ਫਿਤਰਤ ਬਣ ਗਈ। ਅਸੀਂ ਕਿਸੇ ਦੀ ਸੇਵਾ ਤਾਂ ਕੀ ਕਰਨੀ, ਕਿਸੇ ਦੀ ਸਾਂਭ ਸੰਭਾਲ ਤਾਂ ਕੀ ਕਰਨੀ, ਬਲਕਿ ਸਾਡੇ ਆਪਣੇ ਜਿਹੜੇ ਹੈਗੇ ਨੇ, ਜਾਂ ਸਾਡੇ ਬੱਚੇ ਜਿਹੜੇ ਹੈਗੇ ਨੇ, ਜਾਂ ਸਾਡੇ ਮਾਂ ਬਾਪ ਜਿਹੜੇ ਹੈਗੇ ਨੇ ਬਜ਼ੁਰਗ, ਜਾਂ ਕੋਈ ਸਾਡੇ ਘਰ ਦੇ ਵਿੱਚ ਇੱਕ ਕਿਸੇ ਨੂੰ ਐਸੀ ਬਿਮਾਰੀ ਲੱਗ ਜਾਂਦੀ ਹੈ, ਮਰੀਜ਼ ਹੋ ਜਾਂਦੇ ਆ, ਅਸੀਂ ਉਹਨਾਂ ਦਾ ਇਲਾਜ ਕਰਾਉਂਦੇ ਵੀ ਅੱਕ ਜਾਂਦੇ ਹਾਂ, ਥੱਕ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ, ਅਤੇ ਇਹ ਇੱਕ ਡਿਊਟੀ ਐਸੀ ਜਦੋਂ ਕਿਸੇ ਦੇ ਹਿੱਸੇ ਆਉਂਦੀ ਹੈ ਤਾਂ ਉਹਦੇ 'ਤੇ ਨਾਲ ਨਾਲ ਪਰਮਾਤਮਾ ਵੀ ਆਪਣਾ ਹੱਥ ਰੱਖਦਾ, ਆਸ਼ੀਰਵਾਦ ਰੱਖਦਾ। ਇੱਕ ਐਸੀ ਡਿਊਟੀ ਸੇਵਾ ਦੀ ਜਿਨ੍ਹਾਂ ਦੀ, ਜਿਨ੍ਹਾਂ ਨੇ ਕਾਫੀ ਲੰਬੇ ਅਰਸੇ ਤੋਂ ਇਹ ਸੇਵਾ ਸ਼ੁਰੂ ਕੀਤੀ ਹੈ, ਬਹੁਤ ਥੋੜ੍ਹੀ ਜਗ੍ਹਾ ਤੋਂ ਸ਼ੁਰੂ ਕੀਤੀ ਸੀਗੀ, ਬਹੁਤ ਸਾਰੇ ਬੱਚੇ ਲੋਕ ਉਹਨਾਂ ਦੇ ਉਸ ਪ੍ਰਭ ਆਸਰਾ ਦੀ ਮੈਂ ਗੱਲ ਕਰ ਰਿਹਾ, ਸਾਡੇ ਦਰਸ਼ਕ ਸਮਝ ਹੀ ਗਏ ਹੋਣਗੇ, ਕਿਉਂਕਿ ਸ਼ਮਸ਼ੇਰ ਸਿੰਘ ਜੀ ਕਾਫੀ ਦਿਨ ਤੋਂ ਅਮਰੀਕਾ ਦੇ ਵਿੱਚ ਆਏ ਸੀ, ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਸੀ, ਯੂਨੀਵਰਸਿਟੀ ਦੇ ਵਿੱਚ ਬਹੁਤ ਪਿਆਰ, ਬਹੁਤ ਸਤਿਕਾਰ ਉਹਨਾਂ ਨੂੰ ਮਿਲਿਆ ਸਾਡੇ ਪੰਜਾਬੀਆਂ ਵੱਲੋਂ। ਮੈਂ ਉਹਨਾਂ ਦੀ ਗੱਲ ਕਰਦਾ, ਪ੍ਰਭ ਆਸਰਾ ਦੀ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ, ਨਵੇਂ ਜੰਮੇ ਬੱਚੇ ਉਹਨਾਂ ਨੂੰ ਪਾ ਕੇ ਪਾਲਣ ਦੇ ਵਿੱਚ ਤਾਂ ਉਹਨਾਂ ਦੇ ਗੂਹੇ ਮੂਹਰੇ ਛੱਡ ਜਾਂਦੇ, ਬਹੁਤ ਸਾਰੇ ਲੋਕ ਮਰੀਜ਼ ਜਿਹੜੇ ਨੇ ਆਪਣੇ ਘਰ ਦੇ ਉਹ ਉਹਨਾਂ ਦੇ ਬੂਹੇ ਮੂਹਰੇ ਛੱਡ ਕੇ ਚੱਲ ਜਾਂਦੇ ਨੇ, ਅਤੇ ਉਹ ਜਦੋਂ ਦਰਵਾਜ਼ਾ ਖੋਲ੍ਹਦੇ ਨੇ ਰਾਤ ਨੂੰ ਜਾਂ ਸਵੇਰੇ ਉੱਠ ਕੇ, ਜਦੋਂ ਵੀ ਵੈਸੇ ਤਾਂ ਕਹਿੰਦੇ ਵੀ 24 ਘੰਟੇ ਨਿਗਾਹ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਪਤਾ ਨਹੀਂ ਕਿਹੜੇ ਵੇਲੇ ਕਿਹਨੇ ਕਿਹਨੂੰ ਛੱਡ ਜਾਣਾ, ਅਤੇ ਬਹੁਤ ਸਾਰੇ ਲੋਕ ਆਪਣੇ ਮਾਂ ਬਾਪ ਤੱਕ ਨੂੰ ਇਹਨਾਂ ਦੇ ਦਰਾਂ 'ਤੇ ਛੱਡ ਜਾਂਦੇ। ਨਾਮ ਹੈ ਪ੍ਰਭ ਆਸਰਾ। ਸੋ ਉਸ ਪ੍ਰਭ ਦੇ ਆਸਰੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਸਰਦਾਰ ਸ਼ਮਸ਼ੇਰ ਸਿੰਘ ਹੁਣਾਂ ਨੇ। ਸ਼ਮਸ਼ੇਰ ਸਿੰਘ ਹੁਣੀ ਅਮਰੀਕਾ ਆਏ ਨੇ ਅਤੇ ਅੱਜ ਹੁਣ ਸਾਡੇ ਸਟੂਡੀਓ ਇੱਥੇ ਸੈਕਰਾਮੈਂਟੋ ਦੇ ਵਿੱਚ ਸਾਡੇ ਨਾਲ ਬੈਠੇ ਨੇ। ਸੋ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਨੂੰ ਤੁਸੀਂ ਦੇਖਿਆ, ਇਹਨਾਂ ਨੂੰ ਸੁਣਿਆ, ਪਰ ਇਹਨਾਂ ਦੇ ਨਾਲ ਲਾਈਵ ਕਾਲ ਸ਼ਾਇਦ ਗੱਲ ਬਾਹਲੇ ਦਰਸ਼ਕਾਂ ਦੀ ਨਹੀਂ ਹੋ ਸਕੀ, ਕਿਸੇ ਪ੍ਰੋਗਰਾਮ ਦੇ ਵਿੱਚ ਨਹੀਂ ਕੀਤੀ। ਅੱਜ ਲਾਈਵ ਕਾਲ ਕਰਕੇ ਇਹਨਾਂ ਦਾ ਹੌਸਲਾ ਵਧਾ ਸਕਦੇ ਹੋ, ਇਹੋ ਜਿਹੀਆਂ ਹਸਤੀਆਂ। ਹਾਲਾਂਕਿ ਸੇਵਾ ਦੇ ਫੀਲਡ ਦੀ ਗੱਲ ਕਰੀਏ, ਸੇਵਾ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਘੁੱਸੇ ਹੋਏ ਨੇ ਜਿਨ੍ਹਾਂ ਨੇ ਸਹੀ ਸੇਵਾ ਕਰਨ ਵਾਲਿਆਂ ਨੂੰ ਵੀ ਥੋੜ੍ਹਾ ਬਹੁਤ ਢਾਹ ਲਾਈ ਹੈ। ਸੋ ਸਵਾਗਤ ਕਰਦੇ ਹਾਂ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ,
ਤੇ ਨਾਲ ਉਹਨਾਂ ਦੇ ਹਰਿੰਦਰ ਸਿੰਘ ਜੀ ਜੋ ਕਿ ਲੋਕਲ ਨੇ ਭਾਜੀ। ਸਤਿ ਸ੍ਰੀ ਅਕਾਲ ਸੁਖਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਜੀ, ਬਹੁਤ ਧੰਨਵਾਦ ਸਮੂਹ ਸਰੋਤਿਆਂ ਦਾ, ਬਹੁਤ ਬਹੁਤ ਧੰਨਵਾਦ ਜੀ। ਚਲੋ ਜੀ, ਮੈਂ ਵੀ ਬਹੁਤ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ, ਕਿਉਂਕਿ ਮੈਂ ਮੋਹਾਲੀ ਚੰਡੀਗੜ੍ਹ ਹੀ ਰਹੇ ਸ਼ੁਰੂ ਤੋਂ। ਅੱਛਾ ਜੀ। ਅਤੇ ਤੁਹਾਡੇ ਉੱਥੋਂ ਲੰਘਣ ਦਾ ਮੌਕਾ ਮਿਲਦਾ ਸੀ, ਦੇਖਣ ਦਾ ਮੌਕਾ ਮਿਲਦਾ ਸੀ, ਬਹੁਤ ਵਾਰੀ ਜਾਣ ਦਾ ਮੌਕਾ ਮਿਲਦਾ ਸੀ ਉੱਥੇ। ਅਤੇ ਚਲੋ, ਪਹਿਲਾਂ ਤਾਂ ਜੀ ਪਰਮਾਤਮਾ ਦਾ ਸ਼ੁਕਰ ਹੈ ਅਤੇ ਤੁਹਾਡਾ ਧੰਨਵਾਦ ਕਰਦੇ ਅਸੀਂ ਸਮੂਹ ਸਾਡੇ ਪੰਜਾਬੀ ਜਿੰਨੇ ਇਸ ਸਮੇਂ ਪ੍ਰੋਗਰਾਮ ਦੇਖ ਰਹੇ ਨੇ, ਕਿ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਔਰ ਨਿਰਥਕ ਹੋ ਕੇ, ਨਿਰਸਵਾਰਥ ਹੋ ਕੇ ਸੇਵਾ ਕਰ ਰਹੇ ਹੋ। ਮੈਂ ਸਾਡੇ ਦਰਸ਼ਕਾਂ ਵਾਸਤੇ ਪਹਿਲਾ ਸਵਾਲ ਸ਼ਮਸ਼ੇਰ ਸਿੰਘ ਜੀ ਤੁਹਾਡੇ ਕੋਲ ਇਹ ਪੁੱਛੂੰਗਾ, ਵੈਸੇ ਸਾਡੇ ਦਰਸ਼ਕਾਂ ਨੂੰ ਤਕਰੀਬਨ ਤੁਹਾਡੀ ਹਿਸਟਰੀ, ਤੁਹਾਡੀ ਜਾਣਕਾਰੀ ਸਾਰੀ ਹੈਗੀ ਆ, ਹੋਏਗੀ ਤਕਰੀਬਨ, ਫਿਰ ਵੀ ਕਈ ਸਵਾਲ ਹੁੰਦੇ ਆ, ਫਿਰ ਵੀ ਕਈ ਗੱਲਾਂ ਹੁੰਦੀਆਂ ਸਾਡੇ ਦਰਸ਼ਕਾਂ ਵਾਸਤੇ, ਕਿਉਂਕਿ ਅੱਜ ਤਾਂ ਇਹ ਚੀਜ਼ ਹੈਗੀ ਕਿ ਸਾਡੇ ਦਰਸ਼ਕ ਸਿੱਧਾ ਸਵਾਲ ਵੀ ਤੁਹਾਨੂੰ ਕਰ ਸਕਦੇ ਨੇ, ਕੋਈ ਚਾਹੁਣ ਤਾਂ, ਕੋਈ ਸੇਵਾ, ਕੋਈ ਸਹਿਯੋਗ ਕਰਨਾ ਚਾਹੁਣ ਸਾਡੇ ਦਰਸ਼ਕ ਤਾਂ ਉਹ ਵੀ ਕਰ ਸਕਦੇ ਨੇ। ਨੰਬਰ ਇਹਨਾਂ ਦੇ ਸਕਰੀਨ 'ਤੇ ਵੈਸੇ ਵੀ ਆ ਰਹੇ ਆ, ਸਾਡਾ ਸਟੂਡੀਓ ਦਾ ਨੰਬਰ ਤੁਹਾਡੇ ਕੋਲ ਹੈਗਾ 844 ਜਿਹੜਾ 324 1300, ਇਸ ਨੰਬਰ 'ਤੇ ਵੀ ਗੱਲ ਕਰ ਸਕਦੇ ਹੋ। ਹਾਂਜੀ, ਇਹ ਜਿਹੜੀ ਸ਼ੁਰੂਆਤ ਤੁਸੀਂ, ਸ਼ੁਰੂਆਤ ਪ੍ਰੇਰਿਤ ਕਿਸ ਚੀਜ਼ ਤੋਂ ਹੋਏਗਾ? ਹਰ ਬੰਦਾ ਕੋਈ ਖੇਡਾਂ 'ਚ ਹੁੰਦਾ, ਕੋਈ ਕਿਤੇ ਹੁੰਦਾ, ਕੋਈ ਕਿਤੇ ਹੁੰਦਾ, ਤੁਹਾਡੀ ਤੁਸੀਂ ਇਸ ਸੇਵਾ ਵਾਲੇ ਪਾਸੇ ਪ੍ਰੇਰਿਤ ਕਿਹਨਾਂ ਤੋਂ ਹੋਏ? ਤੁਸੀਂ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸੇਵਾ ਕਰਦੇ ਸੀ ਜਾਂ ਤੁਸੀਂ ਮਤਲਬ ਸ਼ੁਰੂ ਕੀਤੀ? ਹਾਂਜੀ, ਮਤਲਬ ਸਵਾਲ ਤਾਂ ਅਕਸਰ ਇਹ ਜਿਵੇਂ ਮਨ ਦੇ ਵਿੱਚ ਸਾਰਿਆਂ ਦੇ ਆਉਂਦਾ ਹੈ, ਅਤੇ ਇਹਦੇ ਵਿੱਚ ਜਿਹੜੀ ਗੁਰਬਾਣੀ ਹੈ ਨਾ, ਮਤਲਬ ਪਰਿਵਾਰ ਵੱਲੋਂ ਜਿਵੇਂ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜਨ ਦੀ ਜੀ ਮਾਤਾ ਜੀ ਦੀ, ਪਿਤਾ ਜੀ ਦੀ ਕੋਸ਼ਿਸ਼, ਅਤੇ ਗੁਰਬਾਣੀ ਨੂੰ ਜਿਵੇਂ ਜਿਵੇਂ ਵਿਚਾਰਿਆ, ਅਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੈ ਨਾ, ਗੁਰਬਾਣੀ ਇੱਕ ਦੀ ਗੱਲ ਕਰਦੀ ਹੈ, ਇੱਕ ਓਂਕਾਰ ਦੀ ਗੱਲ ਕਰਦੀ ਹੈ, ਜਿੱਥੋਂ ਸਾਰੀ ਸ੍ਰਿਸ਼ਟੀ ਓਂਕਾਰ ਆਇਆ ਹੈ ਨਾ, ਜਿੱਥੋਂ ਮਤਲਬ ਸਾਰਾ ਸ੍ਰਿਸ਼ਟੀ ਦਾ ਪ੍ਰੋਜੈਕਟ ਹੈ, ਸਭ ਦੁਨੀਆ ਆਉਣ ਜਾਣੀ ਹੈ ਨਾ। ਅਤੇ ਮਤਲਬ ਕਈ ਘਟਨਾਵਾਂ ਹੋਈਆਂ, ਫਿਰ ਜਦੋਂ ਮਤਲਬ ਬਚਪਨ 'ਚ ਇੱਕ ਦੋਸਤ ਦੀ ਡੈਥ ਹੋ ਗਈ ਛੋਟੇ ਜਿਹੇ, ਮਤਲਬ ਅਸੀਂ 5th ਜਾਂ 6th ਕਲਾਸ ਪੜ੍ਹਦੇ ਹੋਣੇ, 5ਵੀਂ 6ਵੀਂ 'ਚ। ਅੱਛਾ ਜੀ। ਅਤੇ ਜਿਸ ਵੇਲੇ ਉਹਨਾਂ ਦੇ ਸਾਹਮਣੇ ਹੈ ਨਾ, ਲਾਈਕ ਚਿਖਾ ਜਲਦੀ ਸੀ, ਮਨ ਦੇ ਵਿੱਚ ਬੜੇ ਸਵਾਲ ਆਏ ਜੀਵਨ ਦੇ ਸੱਚ ਨੂੰ ਜਾਣਨ ਲਈ, ਅਤੇ ਗੁਰਬਾਣੀ ਦੇ ਜਿਵੇਂ ਜਿਵੇਂ ਵਿਚਾਰਦੇ ਸੀ, ਗੁਰਬਾਣੀ ਨੇ ਜਿਵੇਂ ਜਿਵੇਂ ਮਤਲਬ ਸੁਣਿਆ ਸੀ ਗੁਰੂ ਸਾਹਿਬ ਦਾ ਇਤਿਹਾਸ, ਗੁਰੂ ਹੈ ਨਾ, ਕਿ ਜੀਵਨ ਮਤਲਬ ਮਨ ਦੇ ਵੀ ਸਵਾਲ ਆਉਂਦੇ ਸੀ ਕਿ ਮਤਲਬ ਹੈ ਕੀ ਇਹ, ਮਤਲਬ ਮੈਂ ਕੌਣ ਆ, ਮੈਂ ਵੀ ਇੱਦਾਂ ਹੀ ਮਰ ਜਾਵਾਂਗਾ, ਇਹ ਮੈਨੂੰ ਹੁਣ ਦੁਬਾਰੇ ਮਿਲੇਗਾ ਨਹੀਂ ਕਿਤੇ ਵੀ, ਜੇ ਦੁਬਾਰੇ ਸੰਸਾਰ 'ਤੇ ਆਇਆ ਤਾਂ ਕੀ ਮੈਂ ਇਹਨੂੰ ਪਛਾਣ ਪਾਵਾਂਗਾ, ਕਿ ਥੋੜ੍ਹੇ ਦਿਨਾਂ ਬਾਅਦ ਮੈਂ ਵੀ ਇੱਦਾਂ ਹੀ ਮਰ ਜਾਵਾਂਗਾ। ਜੇ ਦੇਖਿਆ ਕਿ ਸੰਸਾਰ ਦੇ ਵਿੱਚ ਭਾਵੇਂ ਉਹ ਸਾਇੰਟਿਸਟ ਹੈ, ਭਾਵੇਂ ਉਹ ਰਾਜੇ ਹੈ, ਮਤਲਬ ਅਮੀਰ ਹੈ, ਗਰੀਬ ਹੈ, ਫਕੀਰ ਹੈ, ਵੀ ਸਾਰਿਆਂ ਦੇ ਉੱਤੇ ਹੀ ਕਾਨੂੰਨ ਲਾਗੂ ਹੁੰਦਾ ਵੀ ਇਸ ਨੂੰ ਚਲਾਉਣ ਵਾਲੀ ਸੁਪਰੀਮ ਪਾਵਰ ਸ਼ਕਤੀ ਪਰਮਾਤਮਾ, ਉਹਦੇ ਵੱਲ ਬਹੁਤ ਮਤਲਬ ਇਹ ਵਾਰ ਵਾਰ ਸਵਾਲ ਜੀਵਨ ਬਾਰੇ ਜੀ, ਕਿ ਮਤਲਬ ਮੈਂ ਕੌਣ ਹਾਂ, ਅਤੇ ਮੈਂ ਕਿੱਥੋਂ ਆਇਆ, ਤਾਂ ਮੈਂ ਕਿੰਨੀ ਦੇਰ ਲਈ ਆਇਆ, ਤਾਂ ਮੈਂ ਕਾਹਦੇ ਲਈ ਆਇਆ, ਇਹੋ ਜਿਹੇ ਸਵਾਲਾਂ ਨੇ, ਭਾਵੇਂ ਕਲੀਅਰ ਜਵਾਬ ਤਾਂ ਨਹੀਂ ਸੀ ਮਿਲਦੇ, ਪਰ ਜੀਵਨ ਦੇ ਪ੍ਰਤੀ ਅਤੇ ਜਗਤ ਦੇ ਪ੍ਰਤੀ, ਸਰੀਰਾਂ ਦੇ ਪ੍ਰਤੀ ਅਤੇ ਸੰਸਾਰ ਦੇ ਪ੍ਰਤੀ ਨਜ਼ਰੀਆ ਜ਼ਰੂਰ ਬਦਲਦੇ ਸੀ। ਅਤੇ ਇਸੇ ਤਰੀਕੇ ਨਾਲ ਗੁਰਬਾਣੀ ਦੀ ਜਿਵੇਂ ਜਿਵੇਂ ਵਿਚਾਰ ਚੱਲਦੇ ਗਈ, ਅਤੇ ਗੁਰਬਾਣੀ ਦੀ ਰੋਸ਼ਨੀ ਜਦੋਂ ਸੰਸਾਰ ਨੂੰ ਦੇਖਣਾ, ਅਤੇ ਉਸ ਦੇ ਵਿੱਚ ਬਹੁਤ ਸਾਰੇ ਮੈਂਬਰ ਜਿਹੜੇ ਆਪਣੀ ਸੰਭਾਲ ਤੋਂ ਮੁਥਾਜ, ਬੇਬਸ, ਲਾਚਾਰ ਸਾਡੇ ਸਾਥੀ, ਭਾਵੇਂ ਉਹ ਮਾਨਸਿਕ ਰੋਗ ਜਾਂ ਕੋਈ ਡਿਪਰੈਸ਼ਨ ਹੈ, ਭਾਵੇਂ ਕੋਈ ਹੈ ਨਾ ਡਮੈਂਸ਼ੀਆ, ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਉਸ ਉਮਰ ਦੀਆਂ, ਕੋਈ ਇਨਜਸਟਿਸ ਕਰਕੇ, ਕੋਈ ਟੋਰਚਰ ਕਰਕੇ, ਕੋਈ ਮਾਨਸਿਕ ਕਮਜ਼ੋਰੀ ਕਰਕੇ, ਵੀ ਬਹੁਤ ਸਾਰੇ ਮੈਂਬਰ ਜਿਹਨਾਂ ਦੇ ਸਿਰ 'ਤੇ ਛੱਤ ਨਹੀਂ, ਕੋਈ ਸਹਾਰਾ ਨਹੀਂ ਰਿਹਾ, ਵੀ ਰੁੜਦੇ ਦੇਖੇ ਗਏ, ਉਹਨਾਂ ਨੂੰ ਹੋਸਪਿਟਲ ਲੈ ਕੇ ਜਾਣਾ, 10 ਫਾਰਮੈਸੀ ਰਨ ਕਰ ਰਿਹਾ ਸੀ ਉਸ ਵੇਲੇ, ਜਿਹਨਾਂ ਦਿਨਾਂ 'ਚ ਫਿਰ ਇਹ ਸ਼ੁਰੂਆਤ ਹੋਈ ਹੈ ਜੀ। ਅਤੇ ਹੋਸਪਿਟਲ ਦੇ ਵਿੱਚ ਵੀ ਉਹ ਲਿਖ ਦਿੰਦੇ ਸੀ ਮੈਡੀਸਨ, ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਅਤੇ ਫਿਰ ਉਹਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ, ਘਰ ਲੈ ਜਾਣਾ, ਕਈ ਵਾਰ ਮਤਲਬ ਲੈ ਕੇ ਗਏ ਆ ਧਾਰਮਿਕ ਕੇਂਦਰਾਂ 'ਤੇ ਲੈ ਜਾਣਾ, ਉਹ ਕਹਿੰਦੇ ਸੀ ਪ੍ਰਸ਼ਾਦਾ ਪਾਣੀ ਛਕ ਲਓ, ਪਰ ਰੱਖਣ ਦਾ ਅਰੇਂਜਮੈਂਟ ਨਹੀਂ, ਹੋਸਪਿਟਲ ਵਿੱਚ ਵੀ ਇਹ ਗੱਲ ਹੁੰਦੀ ਸੀ, ਅਤੇ ਫਿਰ ਘਰ ਲੈ ਆਉਣਾ, ਅਤੇ ਪੇਰੈਂਟਸ ਦੇ ਬਣਾਏ ਹੋਏ ਘਰ ਸੀ, ਅਤੇ ਉੱਥੇ ਮਨ ਵੀ ਇੰਨਾ ਇਜਾਜ਼ਤ ਨਹੀਂ ਸੀ ਦਿੰਦਾ, ਪਰ ਕਈ ਵਾਰ ਰੇਲਵੇ ਸਟੇਸ਼ਨ 'ਤੇ ਲੈ ਕੇ ਬੈਠਣਾ, ਅਤੇ ਮਹਾਰਾਜ ਅੱਗੇ ਅਰਦਾਸ ਕਿ ਮਾਲਕ ਸ਼ਕਤੀ ਬਖਸ਼ੋ, ਐਸੀ ਕੁਛ ਵੀ ਸੁੱਝ ਨਹੀਂ ਰਿਹਾ, ਨਾ ਹੀ ਛੱਡਿਆ ਜਾਂਦਾ ਸੀ, ਅਤੇ ਨਾ ਹੀ ਕੋਈ ਪਤਾ ਲੱਗਦਾ ਸੀ ਕਿਵੇਂ ਕਰੀਏ, ਵੀ ਤਾਂ ਕਿ ਕੋਈ ਐਸਾ ਘਰ ਹੋਵੇ ਜਿੱਥੇ ਠੀਕ ਹੋਣ ਦਾ ਮੌਕਾ ਮਿਲ ਸਕੇ, ਇਹਨਾਂ ਨੂੰ ਸੁਧਾਰ ਦਾ, ਪੁਨਰਵਾਸ ਦਾ, ਰੀਹੈਬਲੀਟੇਸ਼ਨ ਦਾ ਮੌਕਾ ਨਹੀਂ ਮਿਲਦਾ। ਅਤੇ ਫਿਰ 2 ਕਮਰੇ ਕਿਰਾਏ ਲੈ ਕੇ ਲਗਭਗ 16 ਸਾਲ ਪਹਿਲਾਂ ਪ੍ਰਵਾਸ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਸ਼ੁਰੂ ਹੋ ਗਿਆ ਜੀ। ਬਿਲਕੁਲ ਜੀ, ਬਿਲਕੁਲ ਹਰਿੰਦਰ ਸਿੰਘ ਜੀ, ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ, ਤੁਸੀਂ ਇੱਥੇ ਕੈਲੀਫੋਰਨੀਆ ਦੇ ਵਿੱਚ ਹੈਗੇ ਹੋ, ਇਹਨਾਂ ਦੇ ਰੀਪ੍ਰੈਜੈਂਟੇਟਿਵ ਕਹਿ ਲਓ, ਚਾਹੇ ਜੋ ਵਲੰਟੀਅਰ ਕਹਿ ਲਓ, ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈਣੀ ਪੈਗੀ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ, ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਸ਼ੁਰੂ ਹੋਇਆ, ਉਹਦੇ ਵਾਸਤੇ ਮੁਆਫੀ ਚਾਹੁੰਦੇ ਹਾਂ। ਸੋ ਬ੍ਰੇਕ ਤੋਂ ਬਾਅਦ ਫਿਰ ਸਰਦਾਰ ਸ਼ਮਸ਼ੇਰ ਸਿੰਘ ਜੀ ਅਤੇ ਹਰਿੰਦਰ ਸਿੰਘ ਜੀ ਮੇਰੇ ਮਹਿਮਾਨ ਨੇ, ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ, ਪਰ ਮੈਂ ਅਗਲੇ ਸੈਗਮੈਂਟ ਤੋਂ ਬਾਅਦ ਜਿਹੜੀ ਉਹ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰੂੰਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸਟ ਪੰਜਾਬ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ, ਔਰ ਸਟੂਡੀਓ ਦੇ ਵਿੱਚ ਮਹਿਮਾਨ ਨੇ ਪ੍ਰਭ ਆਸਰਾ ਤੋਂ ਸਰਦਾਰ ਸ਼ਮਸ਼ੇਰ ਸਿੰਘ, ਜੋ ਕਿ ਉਚੇਚੇ ਤੌਰ 'ਤੇ ਭਾਰਤ ਤੋਂ ਆਏ ਹੋਏ ਨੇ, ਪੰਜਾਬ ਤੋਂ ਆਏ ਹੋਏ ਨੇ, ਨਾਲ ਉਹਨਾਂ ਦੇ ਹਰਿੰਦਰ ਸਿੰਘ ਹੈਗੇ ਨੇ। ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਅੱਛਾ ਹਰਿੰਦਰ ਸਿੰਘ ਜੀ, ਤੁਸੀਂ ਇੱਥੇ ਫਿਰ ਸਾਰਾ ਵਲੰਟੀਅਰ ਦੇ ਤੌਰ 'ਤੇ ਕੀ ਕੰਮ ਦੇਖਦੇ ਹੋ? ਅਸੀਂ ਮੋਸਟਲੀ ਜਿੱਦਾਂ ਫੰਡ ਰੇਜਿੰਗ ਦੇ ਕੰਮ ਦੇਖਦੇ ਹਾਂ ਜੀ। ਅੱਛਾ ਜੀ, ਹਾਂਜੀ ਬਿਲਕੁਲ, ਕਿਉਂਕਿ ਔਫਕੋਰਸ ਇੱਥੇ ਜਿਹੜੀ ਸਾਡੀ 501(c) ਸੀ, ਨੋਨ ਪ੍ਰੋਫਿਟ ਸਾਡੀ ਬਕਾਇਦਾ ਰਜਿਸਟਰਡ ਹੈ, ਜਿਹਦੇ ਨਾਲ ਫਿਰ ਸੰਗਤ ਨੂੰ ਪੈਸਾ, ਮਤਲਬ ਜੇ ਉਹ ਬਕਾਇਦਾ ਆਪਣੇ ਟੈਕਸ ਰਿਟਰਨਸ ਦੇ ਵਿੱਚ ਸ਼ੋਅ ਕਰ ਸਕਦੇ ਨੇ ਜੀ, ਜਿੱਦਾਂ ਮਤਲਬ ਕਿ ਜੇ ਇੰਡੀਆ ਸਿੱਧੇ ਪੈਸੇ ਭੇਜਦੇ ਨੇ ਕਿਸੇ, ਨਹੀਂ ਉਹ ਆਥੋਰਾਈਜ਼ ਹੁੰਦਾ ਵੀ ਸਾਡੀ ਇੱਥੇ ਹੈਗੀ ਆ, ਅਸੀਂ ਵੀ ਸਾਰੇ ਪੈਸੇ ਕੁਛ ਇਕੱਠੇ ਕਰਕੇ ਅਤੇ ਫਿਰ ਭਾਈ ਸਾਹਿਬ ਉਹਨਾਂ ਦੇ ਟਰੱਸਟ ਦੇ ਵਿੱਚ ਇੰਡੀਆ ਨੂੰ ਭੇਜ ਦਈਦੇ ਆ। ਅੱਛਾ, ਜੇ ਮਤਲਬ ਉਹ ਤੁਸੀਂ ਜੇ ਕੋਈ ਚੈੱਕ ਦਿੰਦਾ, ਮਤਲਬ ਕੁਛ ਕਿਸੇ ਵੀ ਤਰ੍ਹਾਂ ਦੀ ਦਿੰਦਾ, ਡੋਨੇਸ਼ਨ ਕਹਿ ਲਓ ਜੀ, ਫੰਡ ਦਿੰਦਾ ਜੀ, ਉਹ ਤੁਸੀਂ ਇੱਥੇ ਲੈ ਲੈਂਦੇ ਉਹਨਾਂ ਨੂੰ, ਫਿਰ ਮੈਨੂੰ ਥੋੜ੍ਹਾ ਜਿਹਾ ਇੱਕ ਦੁਬਾਰਾ ਸਾਡੇ ਦਰਸ਼ਕਾਂ ਵਾਸਤੇ ਕਰ ਦਿਓ ਕਲੀਅਰ ਕਿ ਕੀ ਉਹਦੇ 'ਚ ਟੈਕਸ ਦਾ ਕੀ ਦੱਸਿਆ ਸੀ ਦੁਬਾਰਾ? ਹਾਂਜੀ, ਉਹਦੇ ਵਿੱਚ ਜਿੱਦਾਂ ਕਈ ਮਤਲਬ ਵੀਰਾਂ ਨੇ, ਭੈਣਾਂ ਨੇ ਪੈਸੇ ਜਿਹੜੇ ਦੇਣੇ ਹੁੰਦੇ ਆ, ਅਤੇ ਉਹਨਾਂ ਨੇ ਆਫਕੋਰਸ ਟੈਕਸ ਦੇ ਵਿੱਚ ਡਿਡਕਸ਼ਨ ਲੈਣੀ ਹੁੰਦੀ ਹੈ, ਕਿਉਂਕਿ ਉਹ ਡੋਨੇਸ਼ਨ ਟੈਕਸ ਫਰੀ ਹੁੰਦੀ ਹੈ। ਅਤੇ ਉਹਦੇ ਵਿੱਚ ਬਕਾਇਦਾ ਸਾਡੇ ਕੋਲ ਜਿਹੜੀ ਅਸੀਂ ਪ੍ਰੋਫਿਟ ਨੋਨ ਪ੍ਰੋਫਿਟ ਇੱਥੇ ਰਜਿਸਟਰ ਕਰਾਈ ਹੋਈ ਹੈ ਰਜਿਸਟ੍ਰੇਸ਼ਨ, ਉਹਦੇ ਵਿੱਚ ਮਤਲਬ ਕਿ ਅਸੀਂ ਜਿਹੜੀ ਰਸੀਦ ਉਹਨਾਂ ਨੂੰ ਦਿੰਦੇ ਹਾਂ, ਅਤੇ ਉਹ ਬਕਾਇਦਾ ਮਤਲਬ ਸਹੀ ਤਰੀਕੇ ਨਾਲ ਆਪਣੀ ਜਿਹੜੀ ਡੋਨੇਸ਼ਨ ਦੀ ਆ, ਉਹ ਮਤਲਬ ਕਿ ਟੈਕਸ ਫਰੀ ਡੋਨੇਸ਼ਨ ਆਪਣੇ ਟੈਕਸ ਰਿਟਰਨਸ ਦੇ ਵਿੱਚ ਮਤਲਬ ਲੈ ਸਕਦੇ, ਉਹਦੀ ਡਿਡਕਸ਼ਨ ਲੈ ਸਕਦੇ ਜੀ। ਜੀ ਸ਼ਮਸ਼ੇਰ ਸਿੰਘ ਜੀ, ਕਿਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਕਹਿ ਲਓ, ਚਾਹੇ ਜਾਂ ਬਿਰਧ ਆਸ਼ਰਮ ਦੀ ਗੱਲ ਕਰੀਏ, ਅਤੇ ਬਜ਼ੁਰਗ ਜੋੜੇ ਜਾਂ ਬਜ਼ੁਰਗ ਇਕੱਲੇ ਜਿਹੜੇ ਆਉਂਦੇ ਨੇ, ਹਾਂਜੀ, ਉਹ ਕਿਸ ਕਿਸ ਤਰ੍ਹਾਂ ਦੇ, ਅਤੇ ਪੰਜਾਬ ਦੇ ਕਿੰਨਾ ਕਿੰਨਾ ਹਿੱਸਾ ਤੋਂ ਜਾਂ ਪੰਜਾਬ ਦੇ ਬਾਹਰੋਂ ਵੀ ਹੈਗੇ ਨੇ, ਟੋਟਲ ਹੁਣ ਤੱਕ ਕਿੰਨੇ ਪੇਸ਼ੈਂਟ ਨੇ ਅਤੇ ਕਿੰਨੇ ਸਾਡੇ ਕੋਲ ਤੁਹਾਡੇ ਉੱਥੇ ਹੈਗੇ ਨੇ ਜਿਹੜੇ ਬਿਰਧ ਆਸ਼ਰਮ? ਹਾਂਜੀ, ਸਾਡੇ ਕੋਲ ਬਹੁਤ ਸਾਰੇ ਨਾਗਰਿਕ ਜਿਹੜੇ ਹੈਗੇ ਆ ਉੱਥੇ, ਜਿਨ੍ਹਾਂ ਦੇ ਵਿੱਚ ਕੱਲੋ ਇੱਕ ਦਿਨ ਤੋਂ ਲੈ ਕੇ, ਹੈ ਨਾ, ਦਿਨਾਂ ਤੋਂ ਲੈ ਕੇ ਅਤੇ ਮਤਲਬ ਬਜ਼ੁਰਗਾਂ ਤੱਕ ਜਿਹੜਾ ਵੀ ਨਾਗਰਿਕ ਜਿਹੜਾ ਹੈਗਾ ਆਪਣੀ ਸੰਭਾਲ ਤੋਂ, ਜਿਹਨੂੰ ਕੋਈ ਮਥਾਸ ਹੁੰਦਾ, ਅਨਵਾਂਟਿਡ ਜਿਹੜੇ ਚਾਈਲਡ ਹੁੰਦੇ, ਹੈ ਨਾ, ਉਹ ਬਾਹਰ ਕਰੈਡਲ ਦੇ ਵਿੱਚ ਆ ਜਾਂਦੇ, ਕਈ ਵਾਰ ਕਰੈਡਲ ਦੇ ਥੱਲੇ ਵੀ ਮਤਲਬ ਚੱਕਦੇ, ਤੁਸੀਂ ਗੱਲ ਕਰ ਰਹੇ ਸੀ ਨਾ ਵੀ ਉੱਥੇ ਛੱਡ ਕੇ ਚਲੇ ਜਾਂਦੇ, ਕੀ ਮਜਬੂਰੀਆਂ ਹੁੰਦੀਆਂ ਸਾਨੂੰ ਨਹੀਂ ਪਤਾ ਹੋਣ ਵਾਲੀਆਂ, ਪਰ ਇਹ ਚੀਜ਼ ਸ਼ਾਇਦ ਮਨੁੱਖ ਤੋਂ ਇਲਾਵਾ ਹੋਰ ਦੀ ਦੁਨੀਆਂ 'ਚ ਤਾਂ ਨਹੀਂ ਕਿਸੇ ਦੀ ਚਾਹੀਦੀ। ਅੱਛਾ, ਇੱਥੇ ਇੱਕ ਸਵਾਲ ਥੋੜ੍ਹਾ ਜਿਹਾ ਹੋਰ ਜ਼ਰੂਰ ਉੱਠਦਾ ਕਿ ਅਨਵਾਂਟਿਡ ਚਾਈਲਡ ਅਸੀਂ ਕਹਿੰਦੇ ਜਿਹੜੇ ਬੱਚੇ ਨੂੰ ਨਹੀਂ ਚਾਹੁੰਦੇ, ਹਾਂਜੀ, ਉਹਨਾਂ ਦੇ ਵਿੱਚ ਜ਼ਿਆਦਾ ਕੁੜੀਆਂ ਆਈਆਂ, ਫੀਮੇਲ ਬੱਚੇ ਸੀ ਜਾਂ ਮੇਲ ਸੀ? ਲੜਕੀਆਂ ਜ਼ਿਆਦਾਤਰ ਲੜਕੀਆਂ ਆਈਆਂ, ਅਤੇ ਉਹ ਸਾਡਾ ਅਜੇ ਨਜ਼ਰੀਆ ਅਜੇ ਸਾਡਾ ਜਿਹੜਾ ਬਦਲਿਆ, ਉਹ ਨਹੀਂ ਬਦਲਿਆ, ਹੈ ਨਾ, ਜਿਹੜਾ ਗੁਰੂ ਸਾਹਿਬ ਜਿਵੇਂ ਹੁਣ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਮਨਾਉਣ ਜਾ ਰਹੇ ਹਾਂ, ਇੰਨੀ ਭਾਵਨਾ ਹੈ, ਅਤੇ ਮਤਲਬ ਫਿਰ ਵੀ ਉਹ ਰਿਐਲਿਟੀ ਜਿਹੜੀ ਸੱਚਾਈ ਸਾਨੂੰ ਦੱਸ ਕੇ ਗਏ ਹੈ, ਕਿਉਂਕਿ ਸਾਡੇ ਕੋਲ ਪ੍ਰਭ ਆਸਰਾ ਸੰਸਥਾ ਦੇ ਵਿੱਚ ਜਦੋਂ ਬਜ਼ੁਰਗ ਪਹੁੰਚਦੇ ਘਰ ਦਾ ਰਸਤਾ ਭੁੱਲ ਗਏ ਜੀ, ਅਤੇ ਘਰ ਦਾ ਰਸਤਾ ਭੁੱਲ ਕੇ ਕਿਵੇਂ ਕਿਵੇਂ ਸਾਡੇ ਕੋਲ ਅਲੱਗ ਅਲੱਗ ਤਰੀਕੇ ਨਾਲ ਪਹੁੰਚਦੇ ਆ, ਜਿਹੜੀ ਤੁਸੀਂ ਗੱਲ ਕੀਤੀ ਸੀ, ਮੈਂ ਉਹੀ ਸੀਨ ਸਾਹਮਣੇ ਆ ਰਹੇ ਸੀ ਮੇਰੇ ਜੀ, ਕਿ ਰਾਤ ਨੂੰ ਦੋ ਬਜ਼ੁਰਗ ਜਦੋਂ ਬਾਹਰੋਂ, ਹੈ ਨਾ, 9:30 ਮਤਲਬ ਉੱਥੇ ਕੁਛ ਛੱਡ ਕੇ ਚਲੇ ਗਿਆ, ਅਤੇ ਠੰਡ ਦਾ ਮੌਸਮ ਸੀ, ਅਤੇ ਉਹਨਾਂ ਨੂੰ ਜਦੋਂ ਅੰਦਰ ਲਿਆ ਕੇ ਪੁੱਛਿਆ ਵੀ ਤੁਸੀਂ ਇਸ ਟਾਈਮ ਵੀ ਕਿਸ ਤਰ੍ਹਾਂ ਬਜ਼ੁਰਗ ਹੋ ਇੱਥੇ ਜੀ, ਇੱਕ ਬਜ਼ੁਰਗ ਬੋਲ ਕੇ ਦੱਸ ਸਕਿਆ, ਕਹਿੰਦਾ ਵੀ ਲੜਕਾ ਛੱਡ ਗਿਆ, ਅਤੇ ਇਸੇ ਤਰੀਕੇ ਨਾਲ ਕਈਆਂ ਨੇ ਪਤਾ ਨਹੀਂ ਬੱਸ 'ਤੇ ਚੜਾ ਦਿੱਤੇ ਜਾਂ ਕੁਛ ਬਜ਼ੁਰਗ ਭੁੱਲ ਕੇ ਚੜ ਗਏ ਹੈ, ਅਤੇ ਉਹ ਬੱਸ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਕਿ ਇਹ ਸਾਨੂੰ ਪਤਾ ਨਹੀਂ, ਬਜ਼ੁਰਗ ਆਪਣੇ ਘਰ ਦਾ ਐਡਰੈਸ ਨਹੀਂ ਦੱਸ ਸਕਦਾ, ਫਿਰ ਬੱਸਾਂ ਵਾਲੇ ਜਿਹੜੇ ਹੈ ਗੇਟ ਦੇ, ਪ੍ਰਭ ਆਸਰਾ ਦੇ ਗੇਟ ਦੇ ਅੱਗੇ ਛੱਡ ਜਾਂਦੇ ਹੈ। ਇਸ ਤਰ੍ਹਾਂ ਵੀ ਬਹੁਤ ਸਾਰੇ ਪੁਲਿਸ ਦੇ ਥਰੂ ਵੀ ਆਉਂਦੇ ਆ, ਜਿਸ ਹਫ਼ਤੇ ਹੁਣ ਮੈਂ ਆਇਆ 4 ਦਿਨ ਪਹਿਲਾਂ, ਅਤੇ ਉੱਥੇ ਮਤਲਬ ਜਿਹੜਾ ਦਾਖਲ ਕਰਕੇ ਇੱਕ 3 ਸਾਲ ਦਾ ਬੱਚਾ ਰੋਪੜ ਤੋਂ ਸਾਡੇ ਕੋਲ ਪਹੁੰਚਿਆ ਜਿਹੜਾ, ਅਤੇ ਇੱਕ ਔਰਤ ਕੋਈ 28 ਸਾਲ ਦੀ ਔਰਤ, ਬੜੀ ਮਤਲਬ ਪੰਜਾਬੀ ਬੜੀ ਅੱਛੀ ਅਤੇ ਇੰਗਲਿਸ਼ ਵੀ ਬਹੁਤ ਅੱਛੀ ਬੋਲ ਰਹੀ, ਅਤੇ ਗੁਰਦਾਸਪੁਰ ਦੀ ਦੱਸ ਰਹੀ ਹੈ ਜੀ, ਅਤੇ ਉਹਦੇ ਵਾਰਸ ਬੜੀ ਜਲਦੀ ਲੱਭ ਜਾਣਗੇ, ਡਿਪਰੈਸ਼ਨ ਦੇ ਵਿੱਚ, ਹੈ ਨਾ, ਜਦ ਕਰਕੇ ਅਲੱਗ ਅਲੱਗ ਤਰੀਕੇ ਨਾਲ ਸਾਡੇ ਕੋਲ ਪਹੁੰਚਦੇ ਹੈ, ਪਰ ਉੱਥੇ ਮਤਲਬ ਲੋੜ ਹੈ ਬਹੁਤ ਵੱਡੇ ਪੱਧਰ 'ਤੇ, ਜਦੋਂ ਪੁਲਿਸ ਸਾਡੇ ਕੋਲ ਛੱਡ ਕੇ ਗਈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੀ, ਪਰ ਫਿਰ ਵੀ ਉਹ ਪੁਲਿਸ ਕਹਿੰਦੇ ਪਹਿਲਾਂ ਅਸੀਂ ਲੱਗੇ ਸੀ ਛੱਡਣ ਉੱਥੇ ਹੀ, ਪਰ ਸਾਨੂੰ ਕਾਲ ਚਲੀ ਗਈ ਉੱਥੋਂ, ਅਤੇ ਉਸਦੇ ਵਿੱਚ ਕਹਿੰਦੇ ਵੀ ਅਸੀਂ ਕਿਹਾ ਚੱਲ ਪ੍ਰਭ ਆਸਰਾ ਛੱਡ ਆਈਏ। ਮਤਲਬ ਮੇਰੇ ਮਨ ਦੇ ਵਿੱਚ ਬੜੇ ਸਵਾਲ ਖੜੇ ਹੋਏ ਵੀ, ਤਾਂ ਮਤਲਬ ਇਹਨੂੰ ਰਾਤ ਨੂੰ 2:05 'ਤੇ ਉਹਦੀ ਜਦੋਂ ਐਡਮਿਸ਼ਨ ਕੀਤੀ ਜੀ, ਅਤੇ ਸਵਾਲ ਸੁਣਿਆ ਮੈਂ ਇੱਦਾਂ ਦਾ, ਅਤੇ ਮੈਨੂੰ ਫੀਲ ਹੋਇਆ ਇਹਦਾ ਮਤਲਬ ਵੀ ਬਾਹਰ ਵੀ ਛੱਡ ਸਕਦੇ ਸੀ, ਅਤੇ ਉਹ ਲੜਕੀ ਜਿਹੜੀ ਸੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ, ਅਤੇ ਉਹ ਪਤਾ ਨਹੀਂ ਕਿਸ ਤਰ੍ਹਾਂ ਦੇ ਵਿਚਾਰੀ, ਹੈ ਨਾ, ਜ਼ੁਲਮਾਂ ਨੂੰ ਸਹਿ ਕੇ ਕਿੱਦਾਂ ਸਾਡੇ ਕੋਲ ਫਿਰ ਹੋਸਪਿਟਲ ਲੈ ਕੇ ਗਏ, ਪ੍ਰੈਗਨੈਂਟ, ਮਤਲਬ ਉਹ 4 ਮਹੀਨੇ ਦੀ ਪ੍ਰੈਗਨੈਂਟ, ਅਤੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਉੱਥੇ ਕੁਛ ਮਤਲਬ ਬਜ਼ੁਰਗ ਵੀ, ਜਿਹੜੀ 80 ਸਾਲ ਦੀ ਔਰਤ ਹੈ, ਉਹ ਵੀ ਵਿਚਾਰੀ ਜ਼ੁਲਮਾਂ ਤੋਂ ਸ਼ਿਕਾਰ ਵੀ ਆਉਂਦੀ ਹੈ, ਅਤੇ ਕਈ ਇਸ ਤਰੀਕੇ ਨਾਲ ਰਸਤੇ 'ਚ ਭੁੱਲ ਗਏ, ਅਤੇ ਕਈਆਂ ਦੇ ਵਾਰਸ ਲੱਭ ਵੀ ਰਹੇ ਹੁੰਦੇ ਹੈ, ਅਤੇ 1190 ਦੇ ਕਰੀਬ ਸਾਨੂੰ ਵਾਰਸ ਲੱਭ ਗਏ ਹੈ, 1850 ਸਾਡੇ ਕੋਲ ਲਗਭਗ ਹੁਣ, ਜਿਹੜੀ ਰੋਜ਼ ਦੀ ਨਵੀਂ ਨਵੀਂ ਗਿਣਤੀ ਹੁੰਦੀ ਹੈ ਵੈਸੇ, ਉੱਥੇ ਦਾਖਲ ਹੋਏ,
ਇੱਕ ਤੁਸੀਂ ਹੋਰ ਗੱਲ ਕੀਤੀ ਸੀ ਵੀ ਆਪਣੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਕਈ ਵਾਰ ਆਪਣੇ ਪਰਿਵਾਰ ਦੇ ਮੈਂਬਰ ਨੂੰ ਹੀ ਉਹ ਇੰਨਾ ਬੋਝ ਸਮਝਦੇ ਆ ਜਿਸ ਵੇਲੇ ਉਹ ਬੇਬਸ ਤੇ ਲਾਚਾਰ ਹੋ ਜਾਂਦਾ, ਸਾਰੀ ਉਮਰ ਕੰਮ ਕਰਦਾ ਉਸ ਵੇਲੇ ਉਹ ਆਪਣੇ ਬਿਲਕੁਲ ਮਤਲਬ ਉਹਨਾਂ ਦੇ ਹਾਲਾਤ ਦੱਸਦੇ ਵੀ ਅਸੀਂ ਵੀ ਹੱਸਦੇ ਵੱਸਦੇ ਸੀ ਇਹਨਾਂ ਦੁਨੀਆਂ ਦੇ ਇਨਸਾਨਾਂ ਵਿੱਚ, ਪਰ ਸਾਡੀ ਖੁਸ਼ੀਆਂ ਖੋ ਗਈ ਖੁਦਗਰਜ ਇਨਸਾਨਾਂ 'ਚ ਵੀ ਅਸੀਂ ਵੀ ਸਾਡਾ ਵੀ ਘਰ ਹੁੰਦਾ ਸੀ, ਅਸੀਂ ਖੁਸ਼ੀਆਂ ਦੇ ਨਾਲ ਰਹਿੰਦੇ ਸੀ, ਪਰ ਅੱਜ ਪਾਗਲ ਸਾਨੂੰ ਕਹਿੰਦੇ ਜਿਹੜੇ ਸਾਡੇ ਬਣ ਬਣ ਬਹਿੰਦੇ ਸੀ, ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉੱਥੇ ਫੀਲ ਹੁੰਦੇ ਹੈ। ਅਤੇ ਲੜਕੀਆਂ ਅਤੇ ਉੱਥੇ ਕਈ ਵਾਰ ਔਰਤਾਂ ਇੰਨਾ ਕੁਛ ਬਣਾਉਂਦੀਆਂ ਹੈ, ਉਹਨਾਂ ਦੇ ਹਾਲਾਤ ਜਿਹੜੇ ਹੈਗੇ ਉਹ ਦੱਸਦੇ ਆ, ਕਹਿੰਦੇ ਵੀ ਸਾਨੂੰ ਸਮਝੋ ਨਾ ਬੋਝ ਸਮਾਜ ਦੇ, ਸਾਨੂੰ ਮੌਕਾ ਤਾਂ ਦਿਓ ਸੁਧਾਰ ਅਤੇ ਪੁਨਰਵਾਸ ਦਾ, ਕੰਮ ਕਰ ਵਿਖਾਵਾਂਗੇ ਕਮਾਲ ਦੇ ਵਰਕਸ਼ਾਪ ਦੇ ਵਿੱਚ ਜਦੋਂ ਉਹਨਾਂ ਲਈ ਅਲੱਗ ਅਲੱਗ ਬਣਾਈਆਂ, ਅਤੇ ਉਹਨਾਂ ਦੇ ਵਿੱਚੋਂ ਜੋ ਕੰਮ ਕਰਦੇ ਹੈ ਜਿਹਦੇ ਨਾਲ ਉਹਦੀ ਅਰਲੀ ਇੰਪਰੂਵਮੈਂਟ ਰੀਹੈਬਿਲੀਟੇਸ਼ਨ ਹੈ, ਇਸ ਤਰ੍ਹਾਂ ਦੇ ਬਹੁਤ ਸਾਰੇ, ਇੱਕ ਮੈਨੂੰ ਬਜ਼ੁਰਗ ਦੀ ਗੱਲ ਯਾਦ ਆ ਰਹੀ ਹੈ ਹੁਣ, ਅਤੇ ਜਦੋਂ ਸਾਡੇ ਕੋਲ ਮਤਲਬ ਪਹੁੰਚੇ ਲੈ ਕੇ ਆਏ, ਕਹਿੰਦੇ ਜੀ ਇਹ ਮਤਲਬ ਉਸ ਵੇਲੇ ਗਰਮੀ ਸੀ ਬਹੁਤ ਜ਼ਿਆਦਾ, ਜਦੋਂ ਮਤਲਬ ਕਹਿੰਦੇ ਅਸੀਂ ਚੰਡੀਗੜ੍ਹ ਲੰਘ ਰਹੇ ਸੀ, ਖਰੜ ਸੁਣਿਆ ਹੋਇਆ ਸਾਡੇ ਸਰੋਤਿਆਂ ਨੇ ਜੀ, ਬਿਲਕੁਲ ਬਿਲਕੁਲ, ਅਤੇ ਖਰੜ ਦੇ ਮਤਲਬ ਰੋਡ ਦੇ ਉੱਤੇ ਇੱਕ ਖਰੜ ਕੁਰਾਲੀ ਹਾਈਵੇ ਦੇ ਉੱਤੇ, ਕਹਿੰਦੇ ਸਾਨੂੰ ਬੜਾ ਤਰਸ ਆਇਆ ਵੀ ਉੱਥੇ ਇੱਕ ਸੜਕ ਦੇ ਕਿਨਾਰੇ 'ਤੇ ਪਏ ਸੀ ਅਤੇ ਸਾਡੇ ਕੋਲ ਦਾਖਲ ਕਰਾ ਗਏ ਅਤੇ ਨਾਲ DDR ਦੀ ਕਾਪੀ ਵੀ ਜੀ, ਅਤੇ ਹਾਲਾਤ ਦੇਖੇ ਅਸੀਂ ਫਟਾਫਟ ਉਹਨਾਂ ਨੂੰ ਦਾਖਲ ਕੀਤਾ ਅਤੇ ਪੈਰਾਲਾਈਸਿਸ ਵਿਚਾਰਾ ਬਿਲਕੁਲ ਬੈਠ ਵੀ ਨਹੀਂ ਸਕਦਾ ਸੀ, ਅਤੇ ਅਸੀਂ ਉਹਨਾਂ ਦੀ ਫੋਟੋ ਲੈ ਕੇ ਅਤੇ ਉਹਨਾਂ ਨੂੰ ਮਤਲਬ ਉਹਨਾਂ ਦਾ ID ਪਰੂਫ ਲੈ ਲਿਆ ਅਤੇ ਉਹਨਾਂ ਨੂੰ ਫਟਾਫਟ ਅਸੀਂ ਹੋਸਪਿਟਲ ਸ਼ਿਫਟ ਕਰ ਦਿੱਤਾ ਜੀ, ਅਤੇ ਉਸ ਤੋਂ ਬਾਅਦ ਉਹਨੇ ਚੰਡੀਗੜ੍ਹ ਰੈਫਰ ਕਰ ਦਿੱਤਾ ਅਤੇ ਚੰਡੀਗੜ੍ਹ ਉਹਨਾਂ ਦਾ ਇਲਾਜ ਚੱਲਿਆ ਅਤੇ ਇਲਾਜ ਤੋਂ ਬਾਅਦ ਥੋੜ੍ਹਾ ਉਹ ਇੰਪਰੂਵ ਹੋਏ, ਉਹਨਾਂ ਨੇ ਡਿਸਚਾਰਜ ਕਰ ਦਿੱਤਾ, ਮੈਂ ਉਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਘਰ ਦਾ ਐਡਰੈਸ ਯਾਦ ਆਇਆ, ਕਹਿੰਦਾ ਨਵਾਂ ਸ਼ਹਿਰ, ਅਤੇ ਨਵਾਂ ਸ਼ਹਿਰ ਦੀ ਜਦੋਂ ਗੱਲ ਕੀਤੀ ਅਤੇ ਅਸੀਂ ਮਤਲਬ ਮੈਂ ਉਹਨੂੰ ਦਿਖਾਇਆ ਸਾਰਾ, ਮੈਂ ਕਿਹਾ ਵੀ ਆਹ ਤੁਸੀਂ ਪਛਾਣਦੇ ਹੋ ਜੀ, ਇਹ ਬੰਦੇ ਛੱਡ ਗਏ ਸ਼ਾਇਦ ਤੁਸੀਂ ਪਛਾਣਦੇ ਹੋ ਤੁਹਾਡੇ ਏਰੀਏ ਦੇ, ਕਹਿੰਦਾ ਮੇਰੀ ਫੈਮਿਲੀ ਹੈ ਜਿਹੜੀ ਲਵਾਰਸ ਕਹਿ ਕੇ, ਲਵਾਰਸ ਕਹਿ ਕੇ ਉਹਨਾਂ ਨੂੰ ਦਾਖਲ ਕਰਵਾ ਗਈ ਹੈ। ਅਤੇ ਫਿਰ ਅਸੀਂ ਜਦੋਂ ਉੱਥੇ ਗਏ, ਆਪੀ ਰੱਖਾ ਜੀ, ਜਦੋਂ ਉੱਥੇ ਗਏ ਅਸੀਂ ਪਤਾ ਕੀਤਾ ਅਤੇ ਕੋਈ ਗੌਰਮੈਂਟ ਜੋਬ ਕਰ ਰਹੇ ਸੀ ਸਰਕਾਰੀ ਅਲੱਗ ਅਲੱਗ ਜਗ੍ਹਾ 'ਤੇ, ਜੀਵਨ ਸਾਥੀ ਵੀ, ਅਤੇ ਕੁੱਲ ਮਿਲਾ ਕੇ ਉਹ ਮੰਨਣ ਨੂੰ ਤਿਆਰ ਨਹੀਂ ਹੋਏ ਕਿ ਅਸੀਂ ਵੀ ਸਾਡਾ ਮਤਲਬ ਸਾਡੇ ਪਰਿਵਾਰ ਦਾ ਮੈਂਬਰ ਹੈ, ਉਹਨੇ ਬੜੀ ਕਮਾਈ ਕੀਤੀ ਸੀ। ਇਹ ਸ਼ਮਸ਼ੀਰ ਸਿੰਘ ਜੀ ਵੈਸੇ ਸੋਚਣ ਵਾਲੀ ਗੱਲ ਹੈ, ਇਹ ਵੀ ਇਹਨਾਂ ਚੀਜ਼ਾਂ ਦਾ ਕਾਰਨ ਕੀ ਹੈ? ਜੇ ਅਸੀਂ ਡਿਪਰੈਸ਼ਨ ਦੀ ਗੱਲ ਕਰੀਏ, ਡਿਪਰੈਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ, ਜਾਂ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਆਪਣੇ ਮਤਲਬ ਦੂਰ ਦੇ ਰਿਸ਼ਤੇ, ਤਾਂ ਬਹੁਤ ਦੂਰ ਦੀ ਗੱਲ ਹੈ, ਆਪਣੇ ਸਕੇ ਰਿਸ਼ਤੇਦਾਰ ਨੂੰ, ਸਕੇ ਭੈਣ ਭਰਾ, ਸਕੇ ਮਾਂ ਬਾਪ ਨੂੰ, ਜਿਹੜੇ ਇਸ ਤਰ੍ਹਾਂ ਜੀਵਨ ਸਾਥੀ ਨੂੰ, ਜੀਵਨ ਸਾਥੀ ਨੂੰ, ਮਾਂ ਕਿਸੇ ਦਾ ਬਾਪ ਸੀ, ਇਹਨਾਂ ਦਾ ਭਰਾ ਸੀ, ਇਹਨਾਂ ਚੀਜ਼ਾਂ ਦੇ ਕਾਰਨ ਕੀ ਲੱਗਦੇ ਤੁਹਾਨੂੰ ਪੰਜਾਬ ਦੇ? ਬਿਲਕੁਲ, ਕਾਰਨ ਤਾਂ ਇਹ ਹੈ ਵੀ ਸਾਨੂੰ ਇਨਸਾਨ ਬਣਨ ਦੀ ਸਿੱਖਿਆ ਨਹੀਂ ਮਿਲ ਰਹੀ, ਨਾ ਘਰ ਤੋਂ ਮਿਲ ਰਹੀ ਹੈ, ਅਤੇ ਨਾ ਹੀ ਸਾਨੂੰ ਸਕੂਲ 'ਚੋਂ ਮਿਲਦੀ ਹੈ, ਸਾਨੂੰ ਇੱਕ ਮਸ਼ੀਨਾਂ ਜੀਆਂ ਬਣਾ ਕੇ ਤੁਸੀਂ ਪੈਸਾ ਕਿਵੇਂ ਕਮਾ ਸਕਦੇ ਹੋ, ਪਰ ਇਨਸਾਨ ਬਣਨ ਦੀ ਸਿੱਖਿਆ ਸਾਨੂੰ, ਸਾਡੇ ਉਹ ਸਬਜੈਕਟ ਹੀ ਨਹੀਂ ਹੈਗੇ, ਸਾਡੇ ਅੰਦਰ ਉਹ ਚੀਜ਼ ਨਹੀਂ ਪਾਈ ਜਾਂਦੀ ਹੈ ਨਾ, ਵੀ ਜਿਵੇਂ ਲਾਈਕ ਸਾਡੇ ਅੰਦਰ ਸਾਡਾ ਅੰਦਰਲਾ ਇਨਸਾਨ ਜਿਹੜਾ ਹੈਗਾ ਵੀ ਉਹ ਮਤਲਬ ਜਿਉਂਦਾ ਰਹਿ ਸਕੇ, ਹੈ ਨਾ। ਅਤੇ ਮੈਂ ਉਹ ਗੱਲ ਨੂੰ ਥੋੜ੍ਹਾ ਜਿਹਾ ਕੰਪਲੀਟ ਕਰਦਾ, ਅਤੇ ਉਹਦੇ ਵਿੱਚ ਨਾ ਜਦੋਂ ਮਤਲਬ ਅਖੀਰ ਨੂੰ ਉਹ ਮੰਨੇ ਨਹੀਂ ਹੈਗੇ, ਅਤੇ ਮੈਨੂੰ ਕਹਿੰਦਾ ਵੀ ਮੈਂ ਬਹੁਤ ਕਮਾਈ ਕੀਤੀ, ਬੜੀ ਕਮਾਈ ਕੀਤੀ, ਉਹਨੇ ਬੜਾ ਕੁਛ ਬਣਾਇਆ, ਸਾਨੂੰ ਉੱਥੋਂ ਦੀ ਮਤਲਬ ਸਾਰਿਆਂ ਨੇ ਗੁਆਂਢੀਆਂ ਨੇ ਦੱਸਿਆ। ਅਤੇ ਇੱਕ ਦਿਨ ਫਿਰ ਉਹਨੂੰ ਜਦੋਂ ਸਦਮਾ ਜਾਂ ਫਿਰ ਲੱਗਿਆ ਵੀ ਮੈਨੂੰ ਕੋਈ ਮੇਰਾ ਪਰਿਵਾਰ ਦਾ ਮੈਂਬਰ ਮੰਨਣ ਨੂੰ ਵੀ ਤਿਆਰ ਨਹੀਂ ਹੈਗਾ ਆਪਣੇ ਪਰਿਵਾਰ ਦਾ ਮੈਂਬਰ, ਅਤੇ ਉਹ ਸੀਰੀਅਸ ਹੋ ਗਿਆ, ਅਸੀਂ ਹੋਸਪਿਟਲ ਲੈ ਕੇ ਗਏ, ਅਤੇ ਅਖੀਰ ਨੂੰ ਇੱਕ ਦਿਨ ਉਹ ਮਤਲਬ ਆਪਣੇ ਨੂੰ ਮਿਲਣ ਲਈ ਤਰਸਦਾ ਹੀ ਮਰ ਗਿਆ ਵਿਚਾਰਾ। ਅਤੇ ਉਹਦੀ ਜਦੋਂ ਪੋਸਟਮਾਰਟਮ ਦੀ ਗੱਲ ਆਈ, ਪੁਲਿਸ ਕਹਿੰਦੀ ਵੀ ਨਹੀਂ, ਕਹਿੰਦੇ ਵੀ ਅਸੀਂ 72 ਘੰਟੇ ਬੋਡੀ ਰੱਖਣੀ ਹੈ। ਮੈਂ ਕਿਹਾ ਆਪਣਿਆਂ ਦੇ ਹੁੰਦੇ ਵਾਰਸਾਂ ਦੇ ਹੁੰਦੇ ਲਵਾਰਸ ਹੋਇਆ ਹੋਇਆ, ਕਹਿੰਦੇ ਕਿੱਦਾਂ? ਮੈਂ ਕਿਹਾ ਵੀ ਤੁਸੀਂ ਆਹ ਫੋਨ ਕਰਕੇ ਦੇਖੋ। ਉਹਨਾਂ ਨੇ 4 ਫੋਨ ਕੀਤੇ, ਕੋਈ ਨਹੀਂ ਮੰਨਿਆ ਕਿ ਅਸੀਂ ਇਹਨੂੰ ਜਾਣਦੇ ਹਾਂ। ਅਖੀਰਲੇ ਫੋਨ 'ਤੇ ਜਦੋਂ ਉਹਨੇ ਗੱਲ ਕੀਤੀ ਵੀ ਪ੍ਰਭ ਆਸਰਾ ਸੰਸਥਾ ਦੇ ਵਿੱਚ ਰਹਿੰਦਾ ਸੀ, ਇਹਦੀ ਡੈਥ ਹੋ ਗਈ, ਉਸੇ ਫੋਨ ਦੇ ਉੱਤੇ ਫਿਰ ਉਹ ਕਹਿਣ ਲੱਗੇ, ਕਹਿੰਦੇ ਹਰ ਕੀਮਤ 'ਤੇ ਡੈਡ ਬੋਡੀ ਚਾਹੀਦੀ ਹੈ। ਲੈ ਦੱਸ, ਕਹਿੰਦੇ ਹੁਣ ਤਾਂ ਤੁਸੀਂ ਕਹਿੰਦੇ ਵਾਰਸ ਨਹੀਂ, ਕਹਿੰਦੇ ਇਹਦੀ ਪ੍ਰੋਪਰਟੀ ਫਲਾਣੀ ਜਗ੍ਹਾ ਪਈ ਹੈ, ਇਹਦੀ ਪ੍ਰੋਪਰਟੀ ਲੁਧਿਆਣੇ ਪਈ ਹੈ, ਇਹਦੀ ਇੰਨੇ ਪਲਾਟ ਹੈ, ਕਹਿੰਦੇ ਵੀ ਸਾਨੂੰ ਡੈਥ ਸਰਟੀਫਿਕੇਟ ਚਾਹੀਦਾ, ਇਹਦੀ ਪ੍ਰੋਪਰਟੀ ਸੀ ਕਿਵੇਂ ਨਾ, ਮਤਲਬ ਪ੍ਰੋਪਰਟੀਆਂ ਦੇ ਵਾਰਸ, ਪਰ ਉਹਨਾਂ ਦਾ ਵਾਰਸ ਨਹੀਂ। ਫਿਰ ਮੈਂ ਕੋਸ਼ਿਸ਼ ਕੀਤੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਵੀ, ਮੈਂ ਕਿਹਾ ਇਹਨਾਂ ਦੀ ਪ੍ਰੋਪਰਟੀ ਜਿਹੜੀ ਬਣਦੀ ਹੈ ਇਹਦਾ ਹੱਕ, ਅਤੇ ਗੌਰਮੈਂਟ ਅਕੁਆਇਰ ਕਰੇ ਅਤੇ ਇਹਨਾਂ ਲਈ ਸੈਂਟਰ ਬਣਾਵੇ, ਅਤੇ ਆਹ ਹਾਲਾਤ ਹੈਗੇ ਆ, ਸਾਡੇ ਕੋਲ ਇਹ ਪ੍ਰੂਫ ਹੈਗੇ ਹੈ ਨਾ। ਉਹ ਕਹਿੰਦੇ ਕੋਈ ਪਾਲਿਸੀ ਨਹੀਂ ਹੈਗੀ, ਇਸ ਕਰਕੇ ਮੈਂ ਸਰਕਾਰ ਨੂੰ ਦੁਬਾਰਾ ਫਿਰ ਤੁਹਾਡੇ ਥਰੂ ਬੇਨਤੀ ਕਰਨੀ ਚਾਹੁੰਦਾ ਵੀ ਸਰਕਾਰ ਐਸੀ ਪਾਲਿਸੀ ਬਣਾਵੇ ਤਾਂ ਕਿ ਮਤਲਬ ਜਿਹੜੇ ਵੱਡੇ ਪੱਧਰ 'ਤੇ ਇੱਦਾਂ ਰੁਲਦੇ ਹੈ ਅਤੇ ਉਹਨਾਂ ਦੇ ਲਈ ਐਸੇ ਰੀਹੈਬ ਸੈਂਟਰ ਬਣ ਸਕਣ। ਜੀ ਬਿਲਕੁਲ, ਇਹ ਚਾਹੀਦਾ ਜੀ ਸਰਕਾਰਾਂ ਨੂੰ, ਸਰਕਾਰਾਂ ਕੁਛ ਕਰਦੀਆਂ, ਕਿਉਂਕਿ ਇਹ ਆਪਣੇ ਮੁੱਖ ਦੀ ਗੱਲ ਤਾਂ ਸਿਸਟਮ ਦੀ ਹੈ ਜੀ, ਸਿਸਟਮ ਉੱਥੇ ਸੁਧਰ ਜਾਏਗਾ ਸਾਰਾ ਕੁਛ ਸੁਧਰ ਜੂਗਾ। ਹੁਣ ਇੱਧਰਲੇ ਮੁਲਕਾਂ ਦੇ ਵਿੱਚ ਸਿਸਟਮ ਹੈਗਾ, ਹਾਂਜੀ, ਕੁਛ ਲੋਕ ਜਿਹੜੇ ਇੱਥੇ ਪਾਲਿਸੀ ਬਣੀ ਹੋਈ ਹੈ, ਜਿਹੜੇ ਨਹੀਂ ਚਾਹੁੰਦੇ ਉਹ ਆਪਣੇ ਜੀਂਦੇ ਜੀ ਜਿਹੜੀ ਹੈਗੀ ਆ ਪ੍ਰੋਪਰਟੀ ਉਹ ਜੋ ਸਟੇਟ ਦੇ ਨਾਂ ਵਿੱਚ ਕਿਸੇ ਵੀ ਨਾਂ ਉਹ ਕਰ ਦਿੰਦੇ ਨੇ, ਇਹ ਹੋਣੀ ਚਾਹੀਦੀ ਹੈ। ਬਾਅਦ ਦੇ ਵਿੱਚ ਜਿਹੜੀ ਜਿਹੜੀ ਜਾਂ ਫਿਰ ਹੈਗੀ ਹੈ ਕਿਸੇ ਦਾ ਹੈ ਨਹੀਂ ਵਾਰਸ ਕੋਈ, ਉਹ ਸਟੇਟ ਨੂੰ ਚੱਲ ਜਾਂਦੀ ਹੈ। ਪਰ ਇੱਥੇ ਵੀ ਬਹੁਤ ਲੋਕ ਹੈਗੇ ਨੇ, ਗੋਰਿਆਂ ਦੇ ਵਿੱਚ ਬਹੁਤ
ਇਹ ਤਾਂ ਜੀ ਮੇਰੇ ਸੋਚਣ ਦੇ ਮੁਤਾਬਿਕ ਤਾਂ ਇਹੀ ਹੈ ਜੀ, ਅਸੀਂ ਮਤਲਬ ਚਲੋ ਪੰਜਾਬ ਦੇ ਵਿੱਚ ਮੈਂ ਸਿੱਖ ਪਰਿਵਾਰਾਂ ਦੀ ਹੀ ਗੱਲ ਕਰਾਂ ਅਤੇ ਉਹਦੇ ਵਿੱਚ ਅਸੀਂ ਜਿਹੜਾ ਸਾਡਾ ਗੁਰਬਾਣੀ ਤੋਂ ਦੂਰ ਨਹੀਂ, ਬਹੁਤ ਜ਼ਿਆਦਾ ਦੂਰ ਜਾ ਅਸੀਂ ਜਾ ਚੁੱਕੇ ਹਾਂ ਜੀ। ਅਸੀਂ ਪਹਿਲਾਂ ਬਚਪਨ ਦੇ ਵਿੱਚ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਸੀ, ਭਾਵੇਂ ਸਿੰਪਲੀ ਗੁਰਦੁਆਰਾ ਸਾਹਿਬ ਹੀ ਜਾਂਦੇ ਹੁੰਦੇ ਸੀ, ਉਹਦੇ ਵਿੱਚੋਂ ਇੱਕ ਕਿਸੇ ਬਜ਼ੁਰਗ ਕੋਲ ਬੈਠ ਕੇ ਵੀ ਦੇਖਣਾ ਤਾਂ ਉਹ ਵੀ ਇੱਕ ਜ਼ਿੰਦਗੀ ਦਾ ਫਲਸਫਾ ਸਮਝਾ ਦਿੰਦੇ ਸੀ। ਅਤੇ ਹੁਣ ਉਹ ਚੀਜ਼ਾਂ ਸਾਡੇ ਵਿੱਚ ਇੱਕ ਇੱਕ ਕਰਕੇ ਦੂਰ ਹੋ ਗਈਆਂ, ਅਤੇ ਚਲੋ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਥੋੜ੍ਹੇ ਜਿਹੇ ਡਿਫਰੈਂਟਲੀ ਮਤਲਬ ਦੁਨੀਆ ਦੇ ਵਿੱਚ ਵਿਚਰਦੇ ਹਾਂ, ਅਤੇ ਮਤਲਬ ਪਰ ਫਿਰ ਵੀ ਮੈਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਕਿ ਪੰਜਾਬੀ ਸਾਡੇ ਬੱਚੇ ਹੁਣ ਨਹੀਂ ਅੱਗੇ ਅੱਗੇ ਸਿੱਖ ਰਹੇ, ਅਤੇ ਅਗਲਾ ਸਾਡਾ ਫਿਊਚਰ ਕੀ ਹੈ? ਪੰਜਾਬੀ ਤਾਂ ਅਸੀਂ ਸ਼ਾਇਦ ਅੱਗੇ ਅੱਗੇ ਇੰਗਲਿਸ਼ ਤਬਦੀਲ ਹੋ ਰਹੀ ਹੈ ਇੱਥੇ, ਪਰ ਫਿਰ ਵੀ ਜੇ ਅਸੀਂ ਧਰਮ ਨੂੰ, ਹੁਣ ਜਿਹੜੇ ਗੋਰੇ ਨੇ ਉਹਨਾਂ ਦੀ ਤਾਂ ਕੋਈ ਲੈਂਗੁਏਜ ਪੰਜਾਬੀ ਨਹੀਂ ਹੈ, ਉਹ ਤਾਂ ਲੋੜ ਮੁਤਾਬਕ ਹੀ ਪੰਜਾਬੀ ਸਮਝਦੇ ਹਾਂ ਜੇ ਗੁਰਬਾਣੀ ਪੜ੍ਹਨੀ ਹੈ। ਅਤੇ ਮੇਰੇ ਹਿਸਾਬ ਨਾਲ ਵੀ ਮਤਲਬ ਜੇ ਅਸੀਂ ਥੋੜ੍ਹਾ ਜਿਹਾ ਵੀ ਇਸ ਪਾਸੇ ਨੂੰ ਥੋੜ੍ਹਾ ਜਿਹਾ ਵਿਚਾਰੀਏ ਵੀ ਹਾਂ ਪੈਸਾ ਕਮਾਉਣਾ ਵੀ, ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਪੈਸਾ ਬਣਾਉਣ ਦੀਆਂ ਮਸ਼ੀਨਾਂ ਜਿਹੀਆਂ ਬਣਦੇ ਜਾ ਰਹੇ ਹਾਂ ਅਸੀਂ, ਵੀ ਥੋੜ੍ਹਾ ਜਿਹਾ ਉੱਤੋਂ ਹਟ ਕੇ ਇਨਸਾਨੀਅਤ ਵੱਲ ਇਸੇ ਕਰਕੇ ਤੁਰਿਆ ਜਾ ਸਕਦਾ ਕਿਉਂਕਿ ਬਾਬਾ ਨਾਨਕ ਜੀ ਦਾ 550ਵਾਂ ਆਪਾਂ ਸਾਰੇ ਸੈਲੀਬ੍ਰੇਟ ਕਰ ਰਹੇ ਹਾਂ ਜੀ। ਅਤੇ ਉਹਨਾਂ ਨੇ ਬਸ ਇਹੀ ਸੀਗਾ ਕਿ ਇਨਸਾਨ ਇਨਸਾਨ ਬਣ ਕੇ ਵਿਚਰੇ, ਅਤੇ ਇਹਦੇ ਨਾਲ ਹੀ ਮਤਲਬ ਸਾਡਾ ਜੀ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਬ੍ਰੇਕ ਲੈਣੀ ਪੈ ਗਈ, ਇੱਕ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ, ਔਰ ਗੱਲਾਂ ਬਾਤਾਂ ਐਸੀਆਂ ਚੱਲ ਰਹੀਆਂ ਨੇ ਸਾਡੇ ਲੂੰਗ ਕੰਢੇ ਖੜ੍ਹੇ ਹੋਏ ਨੇ, ਰੌਂਗਟੇ ਖੜ੍ਹੇ ਕਰਨ ਵਾਲੀਆਂ ਗੱਲਾਂ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਸਾਨੂੰ, ਆਪਣੇ ਆਪ 'ਤੇ ਪੰਜਾਬੀਆਂ 'ਤੇ ਆਪਣੇ ਆਪ 'ਤੇ ਸ਼ਰਮ ਵੀ ਆਉਂਦੀ ਹੈ ਵੀ ਅਸੀਂ ਕਿੱਧਰਲੇ ਪਾਸੇ ਨੂੰ ਹੋਤਰੇ। ਹੁਣ ਜਿਨ੍ਹਾਂ ਦੇ ਇਹ ਘਰ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਨੇ, ਬੱਚਿਆਂ ਦੇ ਨਾਲ ਵਾਪਰਦੀਆਂ ਨੇ, ਉਹਨਾਂ ਦਾ ਹੱਲ ਕੀ ਹੈ? ਔਰ ਕੁੜੀ ਜੰਮਣ ਤੋਂ ਅੱਜ ਤੱਕ ਵੀ ਲੋਕ ਕਿਉਂ ਡਰਦੇ ਨੇ, ਇਹ ਸਮਝ ਤੋਂ ਬਾਹਰ ਨਿਕਲਣਾ। ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਫਿਰ ਇਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਸਾਡੇ ਨਾਲ ਬੈਠੇ ਨੇ ਪ੍ਰਭ ਆਸਰਾ ਤੋਂ, ਬਹੁਤ ਜ਼ਿਆਦਾ ਸੇਵਾ ਕਰਨ ਵਾਲੇ, ਅਨਥੱਕ ਸੇਵਕ ਅਸੀਂ ਕਹਿ ਸਕਦੇ ਹਾਂ, ਵਿੱਚ ਦੁਨੀਆ ਸੇਵ ਕਮਾਈ ਹੈ, ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ। ਅਤੇ ਨਾਲ ਸਾਡੇ ਮਹਿਮਾਨ ਬਦਲੇ ਨੇ ਹੁਣ, ਤਜਿੰਦਰ ਸਿੰਘ ਨੇ ਜੋ ਕਿ ਕੈਲੀਫੋਰਨੀਆ ਦੇ ਵਿੱਚ ਇਹ ਲਿਆਉਣ ਵਾਲੇ ਪ੍ਰਭ ਆਸਰਾ ਨੂੰ, ਕੈਲੀਫੋਰਨੀਆ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ, ਇਹ ਤਜਿੰਦਰ ਸਿੰਘ ਨੇ। ਤਜਿੰਦਰ ਜੀ ਤੁਹਾਡਾ ਸਵਾਗਤ ਹੈ ਜੀ। ਬਿਲਕੁਲ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ, ਅਤੇ ਜਸ ਪੰਜਾਬੀ ਬ੍ਰੌਡਕਾਸਟਿੰਗ ਦਾ ਧੰਨਵਾਦ ਜਿਹੜਿਆਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਤੁਹਾਡੇ ਬ੍ਰੌਡਕਾਸਟਿੰਗ ਦੇ ਥਰੂ ਸਾਰੀ ਕੈਲੀਫੋਰਨੀਆ ਦੀ ਸੰਗਤ ਦੇ ਵਿੱਚ ਮੈਸੇਜ ਆ ਰਿਹਾ ਹੈ। ਵਾਹਿਗੁਰੂ ਦੀ ਤੁਹਾਡੇ 'ਤੇ ਵੀ ਕਿਰਪਾ, ਤੁਸੀਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਹੋ, ਭਾਈ ਸਾਹਿਬ ਨੇ ਤੁਹਾਡੇ ਬਾਰੇ ਵੀ ਬਹੁਤ ਚੰਗਾ ਬੋਲਿਆ, ਚੰਗਾ ਦੱਸਿਆ ਕਿ ਤੁਸੀਂ ਬਹੁਤ ਹੀ ਜ਼ਿਆਦਾ ਦਿਲੋਂ ਇਹਨਾਂ ਦੀ ਕੀਤੀ ਹੋਈ ਸੇਵਾ ਨੂੰ ਲੋਕਾਂ ਤੱਕ ਲੈ ਕੇ ਆਏ ਹੋ। ਚੰਗੇ ਕੰਮ ਦੀ ਸੇਵਾ ਕਰਨੀ ਚਾਹੀਦੀ, ਦੱਸਣੀ ਚਾਹੀਦੀ ਹੈ। ਮੈਂ ਮਾਫੀ ਚਾਹੁੰਦਾ, ਤੁਹਾਨੂੰ ਪਹਿਲਾਂ ਦੱਸਣਾ, ਆਪਾਂ ਇਸ ਕੈਮਰੇ ਦੇ ਵਿੱਚ ਇਹ ਗੱਲਬਾਤ ਜਿਹੜੀ ਦਰਸ਼ਕਾਂ ਨਾਲ ਕਰਨੀ ਹੈ, ਤਾਂ ਕਿ ਸਿੱਧਾ ਉੱਧਰ ਜਾਏਗੀ ਤੁਹਾਡੇ, ਅਤੇ ਵੈਸੇ ਆਪਾਂ ਨੋਰਮਲ ਗੱਲਬਾਤ ਕਰ ਹੀ ਰਹੇ ਹਾਂ। ਠੀਕ ਹੈ, ਚਲੋ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਕਿਉਂਕਿ ਅਮੈਰੀਕਾ ਦੇ ਵਿੱਚ ਬਹੁਤ ਲੋਕ ਇਹ ਚਾਹੁੰਦੇ ਨੇ ਐਸਾ ਕਿ ਕਿਸੇ ਤਰ੍ਹਾਂ ਦੀ ਚੰਗੀ ਸੇਵਾ ਜਿੱਥੇ ਸਹੀ ਸੇਵਾ ਹੁੰਦੀ ਹੈ ਉੱਥੇ ਅਸੀਂ ਆਪਣਾ ਯੋਗਦਾਨ ਪਾਈਏ, ਉੱਥੇ ਦੇ ਸੰਬੰਧ ਪਾਈਏ। ਬਿਲਕੁਲ, ਪਰ ਸਹੀ ਕੀ ਹੈ ਉਹ ਕਈ ਵਾਰੀ ਛੇਤੀ ਕਿਤੇ ਪਤਾ ਨਹੀਂ ਲੱਗਦਾ। ਬਿਲਕੁਲ ਜੀ, ਅਤੇ ਸ਼ਮਸ਼ੇਰ ਸਿੰਘ ਜੀ, ਕੋਈ ਔਕੜਾਂ ਵੀ ਆਈਆਂ ਹੋਣਗੀਆਂ, ਕਿਉਂਕਿ ਬਹੁਤ ਸਾਰੇ ਲੋਕ ਮੇਰੇ ਅੱਗੇ ਇਹੋ ਜਿਹੇ ਵੀ ਹੁੰਦੇ ਆ ਵੀ ਇਹ ਯਾਰ ਤਾਂ ਮਤਲਬ ਖਾਸ ਤੌਰ 'ਤੇ ਸੋਸ਼ਲ ਜਿੰਨੀਆਂ ਸੋਸ਼ਲ ਸੰਸਥਾਵਾਂ ਨੇ ਵਿੱਚ ਇਹੋ ਜਿਹੀਆਂ ਵੀ ਹੈਗੀਆਂ ਜਿਨ੍ਹਾਂ ਬਾਰੇ ਕਿੰਤੂ ਪਰੰਤੂ ਉੱਠਦਾ ਹੈ ਕਿ ਉਹ ਪੈਸਾ ਸਹੀ ਜਗ੍ਹਾ ਲਾਉਂਦੇ ਨਹੀਂ ਹੈ ਜੀ, ਅਤੇ ਕਈ ਲੋਕਾਂ ਦੇ ਕਈ ਤਾਂ ਸਹੀ ਜਗ੍ਹਾ ਲਾਉਂਦੇ ਨਹੀਂ, ਅਤੇ ਕਈ ਮੇਰੇ ਨੂੰ ਵੈਸੇ ਆਦਤ ਹੁੰਦੀ ਜੇ ਲਾਉਂਦਾ ਵੀ ਹੋਵੇ ਤੁਹਾਨੂੰ ਕਹਿੰਦੇ ਨਹੀਂ ਭਾਈ ਇਹ ਸਹੀ ਨਹੀਂ ਲਾਉਂਦਾ, ਅਤੇ ਇਸ ਤਰ੍ਹਾਂ ਦੀਆਂ ਕੋਈ ਔਕੜਾਂ ਇਸ ਤਰ੍ਹਾਂ ਦੇ ਕਦੇ ਔਕੜਾਂ ਸਮਝਦੇ ਨਹੀਂ? ਅੱਛਾ, ਔਕੜ ਤਾਂ ਮਤਲਬ ਤਾਂ ਹੋਏਗੀ ਜਿਹੜਾ ਬੰਦਾ ਸੱਜਣ ਬੋਲ ਰਿਹਾ। ਮੈਂ ਉਹਨੂੰ ਕਿਹਾ ਭਾਈ ਸੱਜਣ, ਜੇ ਹੁਣ ਮੰਨ ਲਓ ਮੈਨੂੰ ਕੋਈ ਲਾਈਵ ਗੱਲ ਕਰਦਾ, ਜੇ ਕਿਸੇ ਨੂੰ ਕਿਸੇ ਨੂੰ ਸ਼ੰਕਾ ਹੋਵੇ ਜੀ, ਮਤਲਬ ਉੱਥੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਕਿ ਮਤਲਬ ਪ੍ਰਭ ਆਸਰਾ ਦੇ ਜਿਹੜੀ ਸੰਸਥਾ ਦੇ ਨਾਂ 'ਤੇ ਨਹੀਂ ਹੈ, ਕੋਈ ਐਸੀ ਚੀਜ਼ ਹੈਗੀ ਹੈ ਇਕੱਲੀ ਇਕੱਲੀ ਚੀਜ਼ ਜਿਹੜਾ ਵੀ ਦਿੱਤਾ ਹੋਇਆ ਦਸਵੰਧ ਖੂਨ ਪਸੀਨੇ ਦੀ ਕਮਾਈ ਦਾ ਪੈਸਾ? ਹੁਣ ਸਰਕਾਰ ਕਹਿੰਦੀ ਵੀ ਸਾਨੂੰ ਡਿਵੈਲਪਮੈਂਟ ਚਾਰਜ ਦੇ ਦਿਓ, ਮੈਂ ਕਿਹਾ ਵੀ ਸੰਗਤ ਦਾ ਪੈਸਾ, ਜਿਹੜੇ ਬੇਬਸ ਅਤੇ ਲਾਚਾਰ ਨਾਗਰਿਕ ਹੈ ਜਿਹਨਾਂ ਨੂੰ ਸੰਭਾਲ ਦਾ ਨਹੀਂ ਮੌਕਾ ਮਿਲਦਾ, ਇਲਾਜ ਦਾ ਮੌਕਾ ਨਹੀਂ ਮਿਲ ਰਿਹਾ, ਅਤੇ ਉਹਨਾਂ ਦੀ ਬੱਚਿਆਂ ਦੀ ਜਿਹਨਾਂ ਦੇ ਸਿਰ 'ਤੇ ਕੋਈ ਨਹੀਂ ਹੈਗਾ ਉਹਨਾਂ ਦੀ ਐਜੂਕੇਸ਼ਨ ਦੇ ਲਈ, ਅਤੇ ਉਹਨਾਂ ਬਜ਼ੁਰਗਾਂ ਦੀ ਜਿਹੜੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹੈ ਉਹਨਾਂ ਦੇ ਇਲਾਜ ਦੇ ਲਈ ਜਿਹੜਾ ਪੈਸਾ ਦਿੱਤਾ ਹੈ ਵੀ ਗੌਰਮੈਂਟ ਨੂੰ ਡਿਵੈਲਪਮੈਂਟ ਦੇ ਚਾਰਜਿਸ ਦੇ ਰੂਪ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ, ਤੁਸੀਂ ਕਹਿੰਦੇ ਕਿ ਮੈਂ ਡਿਵੈਲਪ ਤਾਂ ਕਰ ਰਹੇ ਹਾਂ ਇਸ ਕਰਕੇ ਕਿ ਗੌਰਮੈਂਟ ਨੇ ਡਿਵੈਲਪ ਨਹੀਂ ਕੀਤਾ, ਮਤਲਬ ਸਾਨੂੰ ਕਰਨਾ ਪੈ ਰਿਹਾ ਉਹਨਾਂ ਨੂੰ, ਮਤਲਬ ਇੰਨੀ ਉਹਨੂੰ ਅਕਲ ਨਹੀਂ ਵੀ ਉਹਨਾਂ ਦਾ ਕੰਮ ਤੁਸੀਂ ਕਰ ਰਹੇ ਹੋ ਉਹਦਾ ਸਾਥ ਤਾਂ ਕੀ ਦੇਣਾ, ਬੜਾ ਸੰਵਿਧਾਨ ਕਲੀਅਰ ਕਹਿੰਦਾ ਹੈਗਾ ਕਿ ਗੌਰਮੈਂਟ ਨੇ ਨਾਗਰਿਕ ਨੂੰ ਸੰਭਾਲਣਾ ਹੈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ, ਨਾਗਰਿਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੋਵੇ, ਫਿਰ ਹੁਣ ਤੁਹਾਡੇ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਜਿਵੇਂ ਹੁਣ
ਯੂਬਾ ਸਿਟੀ ਦੇ ਵਿੱਚ ਮਤਲਬ ਜਦੋਂ ਸੰਗਤ ਉੱਥੇ ਹੈ ਨਾ, ਮਤਲਬ ਦਾਸ ਨੂੰ ਜਦੋਂ ਹੁਣ ਜਾਣ ਦਾ ਮੌਕਾ ਮਿਲਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਉੱਥੇ ਮਤਲਬ ਹੈ ਨਾ, ਮਤਲਬ ਕਹਿ ਲਓ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅਤੇ ਉੱਥੇ ਨਾਲ ਹੀ ਮਤਲਬ ਇਨਫੋਰਮੇਸ਼ਨ ਅਸੀਂ ਜਿਹੜਾ ਬੂਥ ਲਾਇਆ ਸੀ ਅਤੇ ਸੰਗਤ ਨੇ ਬੜਾ ਸਾਰਿਆਂ ਦਾ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸੰਗਤ ਦਾ ਬੜਾ ਪ੍ਰਭਾਸਰਾ ਵੱਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅਤੇ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਵੀ ਹੋਰ ਸ਼ਕਤੀ ਬਖਸ਼ੇ ਤਾਂ ਕਿ ਮਤਲਬ ਰਲ ਮਿਲ ਕੇ ਅਸੀਂ ਸਮਾਜ ਦੇ ਵਿੱਚ ਜਿਹੜੇ ਵੱਡੀ ਗਿਣਤੀ ਸਾਡੇ ਸਾਥੀ ਜਿਹਨਾਂ ਨੂੰ ਨਹੀਂ ਠੀਕ ਹੋਣ ਦਾ ਮੌਕਾ ਮਿਲ ਰਿਹਾ ਅਤੇ ਜਿਹਨਾਂ ਦੇ ਕੋਲ ਬਿਲਕੁਲ ਸਿਰ 'ਤੇ ਛੱਤ ਨਹੀਂ, ਕੋਈ ਸਹਾਰਾ ਨਹੀਂ, ਆਪਣੀ ਕੋਠੀ 'ਚ ਵੀ ਕੋਈ ਰੁਲ ਰਿਹਾ ਵੀ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ, ਉਹ ਵੀ ਆਦਰ ਸਤਿਕਾਰ ਨਾਲ ਜ਼ਿੰਦਗੀ ਜੀ ਸਕਣ ਅਤੇ ਬਾਕੀ ਤੁਹਾਡੇ ਵੱਲੋਂ ਜਿਹੜੀ ਆਵਾਜ਼ ਪਹੁੰਚਾਈ ਜਾ ਰਹੀ ਹੈ ਘਰ ਘਰ ਦੇ ਵਿੱਚ ਅਤੇ ਮਤਲਬ ਜਿਸ ਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਮਤਲਬ ਕਹਿ ਲਓ ਸਮਾਜ ਦਾ ਦਰਦ ਰੱਖਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਸੱਚ ਦਾ ਉਪਦੇਸ਼ ਦੇ ਕਰਵਾਇਆ ਕਿ ਆਪਾਂ ਸਾਰੇ ਇੱਕ ਤੋਂ ਆਏ ਹਾਂ ਅਤੇ ਫਿਰ ਦੁਖੀਆਂ ਨੂੰ ਕਿਵੇਂ ਗੱਲ ਨਾਲ ਲਾਇਆ, ਕੋੜੀਆਂ ਨੂੂੰ ਵੀ ਗੱਲ ਨਾਲ ਲਾਇਆ ਗੁਰੂ ਸਾਹਿਬ ਨੇ, ਚੌਥੇ ਪਾਤਸ਼ਾਹ ਤਾਂ ਕੋਲ ਰੱਖ ਰੱਖ ਕੇ ਇਲਾਜ ਕਰਦੇ ਰਹੇ, ਪੰਜਵੇਂ ਪਾਤਸ਼ਾਹ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਮਤਲਬ ਕਹਿ ਲਓ ਵੀ ਰੂਹਾਨੀ ਏਕਤਾ ਦੇ ਆਧਾਰ 'ਤੇ ਗੁਰਬਾਣੀ ਸਾਡੇ ਕਲਿਆਣ ਲਈ ਦਿੱਤੀ ਹੈ ਅਤੇ ਉੱਥੇ ਉਹਨਾਂ ਨੇ ਵੱਡੇ ਵੱਡੇ ਸ਼ੈਲਟਰ ਹੋਮ ਵੀ ਬਣਾਏ ਤਰਨ ਤਾਰਨ ਸਾਹਿਬ 'ਚ, ਪਾਣੀ ਦੀਆਂ ਮੈਂ ਸਮੱਸਿਆਵਾਂ ਆਈਆਂ, 6-6 ਹਟਾਂ ਪਾਈਆਂ, ਯਤੀਮਾਂ ਲਈ ਘਰ ਬਣਾਏ, ਹੱਥੀਂ ਸੰਭਾਲ ਕੀਤੀ ਲਾਹੌਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਗੋਲੀ, ਜਦੋਂ ਲੋੜ ਪਈ ਤਾਂ ਦਵਾਖਾਨੇ ਖੋਲ੍ਹੇ, ਰਾਜਿਆਂ ਦੇ ਪਰਿਵਾਰ ਸ਼ਾਹਜਹਾਂ ਦਾ ਬੇਟਾ ਹੈ ਨਾ, ਦਾਰਾ ਸ਼ਕੋ ਦਵਾਈਆਂ ਲੈ ਕੇ ਠੀਕ ਹੋ, ਚੇਚਕ ਦੇ ਰੋਗੀਆਂ ਲਈ ਜੀਵਨ ਲਾਤੇ, ਮਤਲਬ ਗੁਰੂ ਸਾਹਿਬ ਦੇ ਪ੍ਰਕਾਸ਼ ਜਿਹੜੇ ਹੁਣ ਪ੍ਰਕਾਸ਼ ਦਿਹਾੜੇ ਨੇ ਅਤੇ ਮਨ ਨੂੰ ਜੇਕਰ ਅਸੀਂ ਸਹਿਮਤ ਕਰੀਏ ਕਿ ਗੁਰੂ ਸਾਹਿਬ ਦੇ ਸਿਧਾਂਤਾਂ ਨਾਲ ਤਾਂ ਜੀਵਨ ਅਤੇ ਸਮਾਜ ਦੇ ਵਿੱਚ ਖੁਸ਼ਹਾਲੀ ਆ ਸਕਦੀ ਹੈ, ਪਰ ਉੱਥੇ ਵੱਡੇ ਪੱਧਰ 'ਤੇ ਇਸ ਤਰੀਕੇ ਦੀ ਲੋੜ ਹੈਗੀ। ਵੀਰ ਜੀ ਤਜਿੰਦਰ ਸਿੰਘ ਹੁਣ ਜਦੋਂ ਗਏ ਹੈ ਅਤੇ ਇਹਨਾਂ ਨੇ ਜਾ ਕੇ ਜਦੋਂ ਉੱਥੇ ਇੱਕ ਦਿਨ ਦੇਖਿਆ ਜਿਸ ਦਿਨ ਗਏ ਜਿੱਥੋਂ ਸ਼ੁਰੂਆਤ ਹੋਈ ਹੈ ਨਾ, ਅਤੇ ਉਸ ਦਿਨ ਤੋਂ ਭੁੱਲੇ ਨਹੀਂ ਹੈਗੇ, ਬਾਰ ਬਾਰ ਗੱਲ ਕਰਕੇ ਬਾਰ ਬਾਰ ਪੁੱਛਦੇ ਹਾਂ ਕੀ ਹਾਲ ਹੈ, ਕਿਉਂਕਿ ਪੰਜਾਬ ਦੀ ਧਰਤੀ 'ਤੇ ਮਤਲਬ ਵੀ ਕੋਈ ਇਹਨਾਂ ਦੀ ਭਾਵਨਾ ਹੈ ਕਿ ਕੋਈ ਰੁਲ ਕੇ ਨਾ ਮਰੇ, ਅਸੀਂ ਵੱਧ ਤੋਂ ਵੱਧ ਵੱਡੇ ਪੱਧਰ 'ਤੇ ਅਰੇਂਜਮੈਂਟ ਕਰ ਸਕੀਏ ਜਿਹੜੇ ਵੀ ਸੈਕੜੇ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਜ਼ਿਲ੍ਹਿਆਂ 'ਚ, ਪਰ ਇੰਨਾ ਕੁਛ ਇੱਕ ਵਾਸਤੇ ਕਰਨਾ ਹਰ ਜ਼ਿਲ੍ਹੇ ਦੇ ਵਿੱਚ ਸ਼ੁਰੂ ਕਰਨਾ ਬੜਾ ਔਖਾ ਹੈ, ਅਤੇ ਇਸ ਕਰਕੇ ਅਸੀਂ ਸਰਕਾਰ ਨੂੰ ਅਤੇ ਧਾਰਮਿਕ ਕੇਂਦਰ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ ਕੇ, ਤੁਸੀਂ ਵੀ ਅੱਗੇ ਆਓ, ਰਲ ਮਿਲ ਕੇ ਆਪਾਂ ਜਿਹੜਾ ਨਾਗਰਿਕਾਂ ਨੂੰ ਸੰਭਾਲ ਸਕੀਏ। ਜੀ ਬਿਲਕੁਲ ਤੇਜਿੰਦਰ ਜੀ, ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ, ਜਿਹੜੇ ਸਾਡੇ ਇੱਧਰ ਬੈਠੇ ਪੰਜਾਬੀ ਹੈਗੇ ਨੇ, ਪੰਜਾਬੀ ਬਹੁਤ ਤਤਪਰ ਨੇ ਸੇਵਾ ਵਾਸਤੇ, ਬਿਲਕੁਲ ਬਹੁਤ ਉਹਨਾਂ 'ਚ ਭਾਵਨਾ ਸੇਵਾ ਦੀ ਸਾਡੇ ਅੰਦਰ ਹੀ, ਪੰਜਾਬੀ ਜਿੰਨੇ ਭੈਣ ਭਰਾ ਹੈਗੇ ਨੇ, ਪਰ ਉਹਨਾਂ ਨੂੰ ਕੋਈ ਸਹੀ ਬੰਦਾ ਜਿਵੇਂ ਨਹੀਂ ਮਿਲਦਾ, ਅਸੀਂ ਇਸੇ ਤੋਂ ਕੋਸ਼ਿਸ਼ ਇਹ ਕੀਤੀ ਆ ਵੀ ਅਸੀਂ ਜਿਹੜੀ ਬੰਦੇ ਸਹੀ ਨੇ ਇਹ ਸਹੀ ਨੇ, ਸਾਨੂੰ ਪਤਾ ਹੈ ਅਸੀਂ ਪੁਰਾਣੇ ਜਾਣਦੇ ਹਾਂ ਕਿ ਇਹਨਾਂ ਵਾਸਤੇ ਉਹ ਜ਼ਰੂਰ ਕਰਨਗੇ, ਕੀਤਾ ਵੀ ਬਹੁਤ, ਮੇਰੇ ਖਿਆਲ ਯੂਬਾ ਸਿਟੀ ਬਹੁਤ ਵਧੀਆ ਤੁਹਾਨੂੰ ਹੁੰਗਾਰਾ, ਪੰਜਾਬੀਆਂ ਨੇ ਬਹੁਤ ਵਧੀਆ ਸਤਿਕਾਰ, ਬਹੁਤ ਵਧੀਆ ਆਸ਼ੀਰਵਾਦ ਸਹਿਯੋਗ ਕੀਤਾ, ਅਤੇ ਅਗਰ ਜਿਹੜੇ ਹੁਣ ਸਾਡੇ ਇਸ ਸਮੇਂ ਪ੍ਰੋਗਰਾਮ ਦੇਖ ਰਹੇ ਨੇ ਘਰਾਂ ਦੇ ਵਿੱਚ, ਲੋਕ ਪੂਰੀ ਦੁਨੀਆਂ ਦੇ ਵਿੱਚ ਦੇਖ ਰਹੇ ਨੇ, ਬਿਲਕੁਲ ਉਹਨੇ ਅਮੈਰੀਕਾ ਵਾਲੇ ਨੇ ਅਗਰ ਸੰਪਰਕ ਕਰਨਾ ਹੋਵੇ ਤਾਂ ਉਹ ਕਿਹੜੇ ਨੰਬਰਾਂ 'ਤੇ ਕਰਨ, ਕਿੱਥੇ ਕਰ ਸਕਦੇ ਨੇ? ਅਗਰ ਅਮੈਰੀਕਾ ਤੋਂ ਬਾਹਰ ਵਾਲਿਆਂ ਨੇ ਸੰਪਰਕ ਕਰਨਾ, ਇੰਡੀਆ ਦਾ ਨੰਬਰ ਵੀ ਨਾਲ ਵੈਸੇ ਤਾਂ ਸਕਰੀਨ 'ਤੇ ਆ ਰਿਹਾ, ਫਿਰ ਵੀ ਤੁਸੀਂ ਇੱਕ ਵਾਰੀ ਦੱਸ ਦਿਓ, ਉਸ ਤੋਂ ਬਾਅਦ ਕਾਲ ਇੱਕ ਅੱਧੀ ਲਵਾਂਗੇ, ਫਿਰ ਬ੍ਰੇਕ ਲੈਣੀ ਪੈਣੀ। ਜੀ ਬਿਲਕੁਲ ਜੀ, ਜਿਹੜਾ ਤਾਂ USA ਦੇ ਹੈਗੇ ਨੇ ਜਿੰਨੇ ਵੀ ਡੋਨਰਸ ਆਪਾਂ ਕਹਿ ਸਕਦੇ ਜਾਂ ਦਸਵੰਧ ਦੇਣਾ ਚਾਹੁੰਦੇ ਨੇ, ਉਹ ਅਸੀਂ ਪਹਿਲਾਂ ਡਾਕਟਰ ਹਰਿੰਦਰ ਸਿੰਘ ਦੱਸ ਹੀ ਚੁੱਕੇ ਨੇ ਅਤੇ ਸੰਸਥਾ ਰਜਿਸਟਰਡ ਕਰਵਾਈ ਹੈ, ਟੈਕਸ ਐਗਜ਼ੈਂਪਟ ਵੀ ਹੈਗੀ ਹੈ, ਅਤੇ ਬਾਕੀ ਲੋਕਲ ਜੇ ਕੋਈ ਕਰਨਾ ਚਾਹੁੰਦਾ ਤਾਂ ਸਾਡਾ ਫੋਨ ਨੰਬਰ ਹੈਗਾ ਜੀ 9165297877, ਇਹ ਸਾਡਾ ਲੋਕਲ ਨੰਬਰ 9165297877 ਨੰਬਰ ਹੈਗਾ ਹੈ। ਅਤੇ ਬਾਕੀ ਸਾਡੀ ਬੇਨਤੀ ਇਹੀ ਹੈ ਕਿ ਭਾਈ ਸਾਹਿਬ ਵੀ ਬੈਠੇ ਨੇ, ਤੁਹਾਨੂੰ ਵੀ ਪਤਾ ਇਹ ਸੰਸਥਾ, ਭਾਈ ਸਾਹਿਬ ਉਹਨਾਂ ਦਾ ਨੰਬਰ ਵੀ ਦੱਸ ਦਿਓ, 626 ਵਾਲਾ 2626 ਵਾਲਾ ਅਤੇ ਇੰਡੀਆ ਵਾਲਾ ਵੀ ਦੱਸ ਦਿਓ ਇੱਕ ਵਾਰੀ ਤੁਹਾਡੀ, ਤੁਸੀਂ ਰਿਪੀਟ ਕਰਨਾ। ਮੈਂ ਦੱਸ ਦਿੰਦਾ ਜੀ ਨੰਬਰ, ਸ਼ਮਸ਼ੇਰ ਸਿੰਘ ਜੀ ਹੁਣ ਦਾ ਡਾਇਰੈਕਟ ਨੰਬਰ ਜਿਹੜਾ ਹੈਗਾ 6262519509 6262519750, ਜਾਂ ਫਿਰ ਇੰਡੀਆ ਵਾਲਾ ਇਹਨਾਂ ਦਾ ਨੰਬਰ ਹੈਗਾ, ਵਟਸਐਪ 'ਤੇ ਵੀ ਕਾਲ ਕਰ ਸਕਦੇ ਹੋ, ਵੈਸੇ ਵੀ ਗੱਲ ਕਰ ਸਕਦੇ ਹੋ, 9850 8351 9851 ਇਹ ਵੀ ਹੈਗਾ ਨਾਲ, ਜਿਹੜਾ ਇਹ ਹੈਗਾ 8370793। ਹਾਂਜੀ ਹਾਂਜੀ ਦੋਨੋਂ ਨੰਬਰ ਹੈ, ਠੀਕ ਹੈ ਜੀ, 1-9850-8370-93-93। ਹਾਂਜੀ ਉਹ ਦੂਜਾ ਨੰਬਰ ਹੈ 51 ਵਾਲਾ, ਅੱਛਾ 9851 93-93। ਸੈਕਰਾਮੈਂਟੋ ਦੇ ਨੰਬਰ ਅਸੀਂ ਦੱਸਿਆ ਤੁਸੀਂ ਕਾਲ ਕਰਕੇ, ਸੈਕਰਾਮੈਂਟੋ ਦੇ ਵਿੱਚ ਹੀ ਭਾਈ ਸ਼ਮਸ਼ੇਰ ਸਿੰਘ ਜੀ ਹੈਗੇ ਨੇ, ਅਤੇ ਨੰਬਰ ਜਿਹੜਾ ਇਹਨਾਂ ਦਾ ਤੁਸੀਂ ਡਾਇਰੈਕਟ ਨੋਟ ਕਰ ਲਓ 626। ਉਹ ਤਾਂ ਮੈਂ ਲਿਖ ਲਿਆ, ਸੈਕਰਾਮੈਂਟੋ ਵਾਲਾ ਵੀ ਲਿਖ ਲਿਆ, 529-78-77।
ਬਿਲਕੁਲ ਜੀ। ਹਾਂਜੀ ਹਾਂਜੀ, ਬਸ ਉੱਤੇ ਕਾਲ ਕਰ ਲਿਓ ਜੀ, ਇਹ ਤੇ ਲੋਕਲ ਵੀ ਹੈਗੇ ਨੇ, ਲੋਕਲ ਤੁਸੀਂ ਇਹਨਾਂ ਨੂੰ ਇੱਥੇ ਚੈੱਕ ਵਗੈਰਾ ਜੋ ਵੀ ਦੇਣਾ ਚਾਹੋ ਦੇ ਸਕਦੇ ਜੀ, ਤੇ ਨੰਬਰ ਆਪਣਾ ਨੋਟ ਕਰ ਕਲੀਅਰ ਕਰ ਦਾਂਗੇ ਨੰਬਰ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਿਲਕੁਲ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਇਸ ਤੋਂ ਬਾਅਦ ਇੱਕ ਫਿਰ ਬ੍ਰੇਕ ਲੈਣੀ ਪੈਗੀ ਜੀ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ, ਬਹੁਤ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਮੇਰੇ ਦਿਮਾਗ ਦੇ ਵਿੱਚ ਹੈਗੀਆਂ, ਬਹੁਤ ਕੁਛ ਜਾਣਨਾ ਚਾਹੁੰਦੇ ਅਸੀਂ ਸ਼ਮਸ਼ੇਰ ਸਿੰਘ ਜੀ ਕੋਲੋਂ, ਪਰ ਮੈਨੂੰ ਲੱਗਦਾ ਸਮਾਂ ਜਿੰਨਾ ਕੁ ਵੀ ਹੈਗਾ ਉਹਦੇ 'ਚ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹ ਸਮੱਸਿਆਵਾਂ ਦੀ ਜੜ੍ਹ ਕੀ ਹੈ ਅਤੇ ਸਮੱਸਿਆਵਾਂ ਦਾ ਇਲਾਜ ਕੀ ਹੈ, ਲੋਕਾਂ ਦਾ ਇਲਾਜ ਤਾਂ ਕਰਦੇ ਨੇ, ਸਮੱਸਿਆ ਦਾ ਇਲਾਜ ਕੀ ਹੋ ਸਕਦਾ। ਸੋ ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਸਰਦਾਰ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਨੇ, ਤੇਜਿੰਦਰ ਸਿੰਘ ਜੀ ਸਾਡੇ ਨਾਲ ਨੇ, ਸਾਨੂੰ ਕਾਲ ਆਈ ਸੀਗੀ, ਕੋਈ ਸਹਿਯੋਗ ਕਰਨਾ ਚਾਹੁੰਦੇ ਹੋ, ਇਹਨਾਂ ਦੀ ਹੈਲਪ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਵੀ ਕਰ ਸਕਦੇ ਹੋ, ਇਹਨਾਂ ਦੇ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ ਜਿਹੜੇ ਸਕਰੀਨ 'ਤੇ ਆ ਰਹੇ ਨੇ ਜੀ। ਆਪਣਾ ਸ਼ਮਸ਼ੇਰ ਸਿੰਘ ਜੀ, ਤੁਸੀਂ ਕਦੋਂ ਆਏ ਸੀ ਅਮਰੀਕਾ ਦੇ ਵਿੱਚ, ਅਤੇ ਹੁਣ ਅਗਲਾ ਕੀ ਪ੍ਰੋਗਰਾਮ ਹੈ, ਕਿੱਥੇ ਕਿੱਥੇ ਤੁਸੀਂ ਪ੍ਰੋਗਰਾਮ ਕਰਤੇ ਆ, ਕਿੱਥੇ ਕਿੱਥੇ ਸੰਗਤ ਨੂੰ ਮਿਲ ਲਿਆ, ਅਤੇ ਅਗਲੇ ਦਿਨਾਂ 'ਚ ਕਿੱਥੇ ਜਾ ਰਹੇ? ਭਾਜੀ ਤੁਹਾਡੇ ਕੋਲ ਲਿਸਟ ਤਾਂ ਤੁਸੀਂ ਦੱਸ ਦਿਓ ਵੀਰ ਜੀ ਨੇ ਸਾਰਾ ਕੁਝ। ਐਕਚੁਅਲੀ ਭਾਈ ਸਾਹਿਬ 31 ਅਕਤੂਬਰ ਨੂੰ ਇੱਥੇ ਪਹੁੰਚੇ ਸਨ, ਅਤੇ 31 ਤੋਂ ਲੈ ਕੇ 3 ਤਰੀਕ ਤੱਕ ਯੂਬਾ ਸਿਟੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਆਪਣਾ ਸਟਾਲ ਲਾਇਆ ਸੀ। ਸੰਗਤਾਂ ਦਾ ਸਹਿਯੋਗ ਬਹੁਤ ਮਿਲਿਆ, ਅਸੀਂ ਲੋਕਲ ਸੰਗਤਾਂ ਦੂਰੋਂ ਦੁਰਾਡੇ ਆਈਆਂ ਸੰਗਤਾਂ ਜਿਹੜੀਆਂ ਨੇ ਆਪਣਾ ਦਸਵੰਧ ਦਿੱਤਾ, ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ 2 ਨੰਬਰ 'ਤੇ ਦੱਸਣਾ ਚਾਹੁੰਦੇ ਹਾਂ ਕਿ ਉਹਨਾਂ ਦਾ ਜਿਹੜਾ ਤੁਹਾਡਾ ਦਸਵੰਧ ਹੈ ਐਜ਼ ਇਟ ਇਜ਼, ਜਿਸ ਤਰ੍ਹਾਂ ਵੀ ਉਹਨਾਂ ਨੇ ਆਪਣੀ ਸ਼ਰਧਾ ਨਾਲ ਦਿੱਤਾ ਭਾਈ ਸਾਹਿਬ, ਉਸੇ ਤਰੀਕੇ ਨਾਲ ਉਹਨਾਂ ਲੋੜਵੰਦ ਲੋਕਾਂ ਦੇ ਵਿੱਚ ਉਹਨੂੰ ਲਾਉਂਦੇ ਨੇ। ਕੋਈ ਪੈਸਾ ਕੋਈ ਖਰਾਬ ਜਾਂ ਕਿਸੇ ਗਲਤ ਜਗ੍ਹਾ 'ਤੇ ਨਹੀਂ ਲੱਗਦਾ। ਅਤੇ ਅਗਲੇ ਸਾਡੇ ਕੁਛ ਕੁ ਪ੍ਰੋਗਰਾਮ ਹੈ, ਮੈਂ ਦੱਸਣਾ ਚਾਹੁੰਦਾ ਕਿ 10 ਤਰੀਕ ਜਿਹੜਾ 10 ਨਵੰਬਰ ਦਾ ਪ੍ਰੋਗਰਾਮ ਹੈ ਉਹ ਸਾਡਾ ਗੁਰਦੁਆਰਾ ਸਾਹਿਬ ਫਰੀਮਾਊਂਟ ਹੋਵੇਗਾ। ਉੱਥੇ 9:30 ਤੋਂ ਲੈ ਕੇ 1 ਵਜੇ ਤੱਕ ਅਸੀਂ ਫਰੀਮਾਊਂਟ ਗੁਰ 3 ਵਜੇ ਤੱਕ ਫਰੀਮਾਊਂਟ ਗੁਰਦੁਆਰਾ ਸਾਹਿਬ ਹੋਵਾਂਗੇ। 9:30 ਤੋਂ 3 ਵਜੇ ਤੱਕ ਫਰੀਮਾਊਂਟ ਗੁਰਦੁਆਰਾ ਸਾਹਿਬ 10 ਨਵੰਬਰ ਨੂੰ ਬਿਲਕੁਲ ਜੀ। ਅਤੇ 17 ਨਵੰਬਰ ਨੂੰ ਸਾਡਾ ਗੁਰਦੁਆਰਾ ਸਾਹਿਬ ਸਟੋਕਟਨ ਦੇ ਵਿੱਚ ਹੈਗਾ, ਅਤੇ ਉਹਨਾਂ ਨਾਲ ਗੱਲਬਾਤ ਹੋਈ ਹੈ, ਉਹਨਾਂ ਨੇ ਵੀ ਸਾਨੂੰ ਟਾਈਮ ਦਿੱਤਾ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਭਾਈ ਸਾਹਿਬ ਫਿਰ 18 ਤੋਂ ਲੈ ਕੇ 10 ਦਸੰਬਰ ਤੱਕ ਲੋਸ ਏਂਜਲਸ ਦੇ ਏਰੀਏ ਦੇ ਵਿੱਚ ਹੋਣਗੇ। 18 ਨਵੰਬਰ ਤੋਂ ਦਸੰਬਰ 10 ਤੱਕ ਲੋਸ ਏਂਜਲਸ, ਮਤਲਬ ਰਿਵਰ ਸਾਈਡ ਹੋ ਗਿਆ, ਅਤੇ ਬੇਕਰਸਫੀਲਡ ਵੀ, ਬੇਕਰਸਫੀਲਡ ਏਰੀਆ ਫਰੇਜ਼ ਨੂੰ ਕਵਰ ਹੋਵੇਗਾ। ਦਸੰਬਰ ਸਾਊਥ ਦੇ ਵਿੱਚ 18 ਨਵੰਬਰ ਤੋਂ 10 ਦਸੰਬਰ ਤੱਕ ਸਾਊਥ ਸੈਟਰਡੇ ਸ਼ਾਮ ਦਾ ਪ੍ਰੋਗਰਾਮ ਹੈਗਾ ਜੀ। ਠੀਕ ਹੈ ਜੀ, ਫਿਰ ਵੀ ਸਾਡੇ ਦਰਸ਼ਕ ਜੇ ਕੋਈ ਜਾਣਕਾਰੀ ਚਾਹੁੰਦੇ ਨੇ, ਕੋਈ ਵੀ ਇਹਨਾਂ ਕੋਲ ਮਿਲਣਾ ਚਾਹੁੰਦੇ ਨੇ, ਜਾਂ ਕੋਈ ਪ੍ਰੋਗਰਾਮਾਂ ਦੀ ਜਾਣਕਾਰੀ ਆ, ਜਾਂ ਇਹਨਾਂ ਨੂੰ ਤੁਸੀਂ ਆਪਣੇ ਦਸਵੰਧ ਦੇ ਵਿੱਚੋਂ ਚੰਗੇ ਕੰਮਾਂ ਵਾਸਤੇ ਕੁਛ ਲਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ। ਇਹਨਾਂ ਦੇ ਨੰਬਰ ਸਕਰੀਨ 'ਤੇ ਵੀ ਆ ਰਹੇ, ਮੈਂ ਵੈਸੇ ਵੀ ਦੱਸਦਾ, 626-251-7950 ਇਹ ਸ਼ਮਸ਼ੇਰ ਸਿੰਘ ਜੀ ਦਾ ਕੋਲ ਨੰਬਰ ਹੁੰਦਾ ਡਾਇਰੈਕਟ। ਕੋਈ ਵੀ ਗੱਲਬਾਤ ਕਰਨੀ, ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਵੇ, ਕੋਈ ਸੁਝਾਅ ਹੋਵੇ, ਤਾਂ ਇਹਨਾਂ ਨੂੰ ਤੁਸੀਂ ਜ਼ਰੂਰ ਗੱਲਬਾਤ ਕਰਕੇ ਅਤੇ ਇਹਨਾਂ ਨੂੰ ਸੁਝਾਅ ਵੀ ਦੇ ਸਕਦੇ ਹੋ, ਇਹਨਾਂ ਦੀ ਸਹਾਇਤਾ ਕਰਨੀ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਕ ਬ੍ਰੇਕ ਹੋਰ ਲੈਣੀ ਪੈਗੀ, ਬ੍ਰੇਕ ਤੋਂ ਬਾਅਦ ਫਿਰ ਕਰਾਂ ਗੱਲਾਂ ਬਾਤਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਪ੍ਰੋਗਰਾਮ ਦਾ ਆਖਰੀ ਪੜਾਅ, ਬਹੁਤ ਥੋੜ੍ਹਾ ਸਮਾਂ ਬਚਿਆ, ਉਹ ਵੀ ਚਲੋ ਵੈਸੇ ਸਮਾਂ ਤਾਂ ਨਹੀਂ ਬਚਿਆ, ਫਿਰ ਵੀ ਅਸੀਂ ਕੋਸ਼ਿਸ਼ ਕਰਦੇ 2-4 ਮਿੰਟ ਹੋਰ ਗੱਲਬਾਤ ਕਰੀਏ। ਸ਼ਮਸ਼ੇਰ ਸਿੰਘ ਜੀ, ਆਪਾਂ ਗੱਲ ਜਿਵੇਂ ਕਰਦੇ ਸੀ ਵੀ ਕਹਿੰਦੇ ਵੀ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ, ਹਾਲਾਂਕਿ ਧੀਆਂ ਮੇਰੇ ਖਿਆਲ ਜ਼ਿਆਦਾ ਪੇਰੈਂਟਸ ਧਿਆਨ ਰੱਖਦੀਆਂ, ਅਤੇ ਫਿਰ ਵੀ ਲੋਕ ਧੀਆਂ ਨੂੰ ਹੀ ਉੱਥੇ ਜ਼ਿਆਦਾਤਰ, ਤੁਸੀਂ ਦੱਸਿਆ ਵੀ ਜਿਵੇਂ ਛੱਡ ਕੇ ਜਾਂਦੇ ਨੇ ਬੱਚਿਆਂ ਨੂੰ, ਉਹ ਬੱਚੀਆਂ ਆਉਂਦੀਆਂ ਨੇ ਬੇਬੀਜ਼। ਹਾਂਜੀ, ਇਹ ਪ੍ਰਭਾਸਰਾ ਦੀ ਹਿਸਟਰੀ, ਜਿਵੇਂ ਮੈਂ ਮਤਲਬ ਪਹਿਲਾਂ ਵੀ ਗੱਲਬਾਤ ਕਰ ਚੁੱਕਿਆ ਹਾਂ ਕਿ 28-28 ਸਾਲ ਬਾਅਦ ਜਿਹੜੀਆਂ ਬੀਬੀਆਂ, ਮਤਲਬ ਜਿਹਨਾਂ ਦੇ ਵਾਰਸ, ਜਦੋਂ ਉਹਨਾਂ ਦੇ ਕਹਿ ਲਓ ਵੀ ਹਾਲਾਤਾਂ 'ਚ ਸੁਧਾਰ ਆਇਆ ਜੀ, ਅਤੇ ਸਾਡੇ ਕੋਲ ਭਾਵੇਂ ਉਹ 3 ਸਾਲ ਇਲਾਜ ਚੱਲਿਆ, ਕਿਸੇ ਦਾ 6 ਸਾਲ ਇਲਾਜ ਚੱਲਿਆ, ਜਿਹੜੀ 6 ਸਾਲ ਦਾ ਇਲਾਜ ਮਾਤਾ ਸਾਨੂੰ ਖਰੜ ਤੋਂ ਮਿਲੀ ਸੀ, ਜ਼ਿਲ੍ਹਾ SAS ਨਗਰ ਮੋਹਾਲੀ 'ਚੋਂ, ਅਤੇ ਉਸ ਦੀ ਮਤਲਬ ਜਦੋਂ ਯਾਦਾਸ਼ਤ ਵਾਪਸ ਆਈ ਹੈ, ਉਹਦੀ ਲੜਕੇ ਕੋਲ ਵੀ ਗਿਆ ਫੋਨ, ਪਰ ਲੜਕੀ ਉਸੇ ਵੇਲੇ ਭੱਜੀ ਆਈ ਹੈ, ਅਤੇ ਕਿਵੇਂ ਗਲੇ ਲੱਗ ਕੇ ਅਥਰੂ ਬਹਾ ਕੇ, ਮਤਲਬ ਉਹ ਕਿੱਦਾਂ ਮਿਲੀ ਹੈ, ਅਤੇ ਕਹਿੰਦੀ ਅਸੀਂ ਡੀਗ ਕੇ, ਕਹਿੰਦੀ ਪਿਛਲੇ ਸਾਲ ਹੀ ਅੰਤਿਮ ਰਸਮਾਂ ਅਦਾ ਕੀਤੀਆਂ ਆਪਣੀ ਮਾਂ ਦੀਆਂ। ਅਤੇ ਮਤਲਬ ਇਸ ਤਰੀਕੇ ਨਾਲ ਲੜਕੀਆਂ ਲੜਕਿਆਂ ਦੇ ਕੰਪੈਰੇਟਿਵਲੀ, ਲੜਕੇ ਵੀ ਹੈਗੇ ਹੈ ਆਉਂਦੇ ਹੈ, ਪਰ ਲੜਕੀਆਂ ਕੰਪੈਰੇਟਿਵਲੀ ਉਸੇ ਵੇਲੇ ਭੱਜੀਆਂ ਆਉਂਦੀਆਂ, ਮੇਰਾ ਪਿਤਾ ਅਤੇ ਮੇਰੀ ਮਾਂ, ਅਤੇ ਉਹ ਆਪਣੇ ਪੇਕੇ, ਮਤਲਬ ਉਹਦੇ ਸਹੁਰੇ ਪਰਿਵਾਰ 'ਚ ਲਿਜਾ ਕੇ ਵੀ ਉੱਥੇ ਰੱਖ ਕੇ ਉਹਨੂੰ, ਬਹੁਤ ਮਤਲਬ ਜੋ ਦਰਦ ਉਹਨਾਂ ਦੇ ਅੰਦਰ ਝਲਕਦਾ, ਗੱਲ ਤੁਹਾਡੀ ਠੀਕ ਹੈ ਵੀ ਉਹ ਜ਼ਮੀਨਾਂ ਬਣਾਉਂਦੇ ਆ ਅਤੇ ਉਹ ਦੁੱਖ ਬਣਾਉਂਦੀਆਂ, ਅਸੀਂ ਪ੍ਰਭ ਆਸਰਾ ਦੇ ਵਿੱਚ ਵੀ ਬੜਾ ਸਟਰੋਂਗਲੀ ਫੀਲ ਕੀਤਾ ਹੈ।
ਕਿ ਵਾਕਿਆ ਹੀ ਸਾਡਾ ਜਿਹੜਾ ਨਜ਼ਰੀਆ ਹੈ ਮਤਲਬ ਉਹਨੂੰ ਸਾਨੂੰ ਵਿਚਾਰਨ ਦੀ ਲੋੜ ਹੈਗੀ ਹੈ ਅਤੇ ਇਸ ਤਰੀਕੇ ਨਾਲ ਮਤਲਬ ਜਿਵੇਂ ਉਹ ਪ੍ਰਭ ਆਸਰਾ ਦੇ ਵਿੱਚ ਬੱਚੇ ਵੀ ਹੈਗੇ ਹੈ ਅਤੇ ਬੱਚੇ ਛੋਟੇ ਛੋਟੇ ਬੱਚੇ ਹਨ ਮਤਲਬ ਪ੍ਰੈਗਨੈਂਟ ਲੇਡੀਜ਼ ਹੈ ਜਿਵੇਂ ਹੁਣ ਬੱਚੇ ਨੂੰ ਜਿੱਥੇ ਜਨਮ ਥੋੜ੍ਹੇ ਦਿਨ ਪਹਿਲਾਂ ਜਨਮ ਦਿੱਤਾ ਬੱਚੇ ਨੂੰ ਹੈ ਨਾ ਅਤੇ ਅਲੱਗ ਅਲੱਗ ਤਰੀਕਿਆਂ ਨਾਲ ਮਤਲਬ ਉਹਦੇ ਪ੍ਰਭ ਆਸਰਾ ਪਰਿਵਾਰ ਹੈਗਾ ਉਹਦੇ ਵਿੱਚ ਅਲੱਗ ਅਲੱਗ ਹਿਸਟਰੀ ਹੈ ਕਈਆਂ ਨੇ ਆਪਣੇ ਬੱਚਿਆਂ ਨੂੰ ਬੁਰੀ ਤਰ੍ਹਾਂ ਇਗਨੋਰ ਕਰ ਦਿੱਤਾ ਕਿ ਆਪਣੇ ਬੱਚਿਆਂ ਨੂੰ ਲੱਭ ਰਹੇ ਸੀ ਹੁਣ ਇਸ ਵੇਲੇ ਵੀ ਲਗਭਗ 90 ਬੱਚੇ ਉੱਥੇ ਜਿਹੜੇ ਰਹਿ ਰਹੇ ਹੈ ਦਿਨ ਪਰ ਦਿਨ ਗਿਣਤੀ ਬੜੀ ਵੱਧ ਰਹੀ ਹੈ ਅਸੀਂ ਲੜਕਿਆਂ ਨੂੰ ਅਤੇ ਲੜਕੀਆਂ ਨੂੰ ਅਲੱਗ ਅਲੱਗ ਕੀਤਾ ਪਰ ਹੁਣ ਲੜਕਿਆਂ ਦੇ ਵਿੱਚ ਵੀ ਇਨਫੈਂਟਸ ਹੈ ਜਿਵੇਂ ਪ੍ਰੈਗਨੈਂਟ ਲੇਡੀ ਦੇ ਬੱਚੇ ਨੇ ਜਨਮ ਲਿਆ ਉਹਨਾਂ ਲਈ ਅਲੱਗ ਵਿੰਗ ਬਣਾਉਣ ਦੇ ਲਈ ਅਸੀਂ ਜਿਹੜੀ ਹੁਣ ਮਤਲਬ ਉਹ ਕੰਮ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਉੱਥੇ ਅਤੇ ਇਸੇ ਤਰੀਕੇ ਨਾਲ ਕਦੇ ਸੋਚਦੇ ਹਾਂ ਬਜ਼ੁਰਗਾਂ ਲਈ ਪਹਿਲਾਂ ਅਲੱਗ ਹੋਮ ਬਣਾ ਦਈਏ ਮੇਲ ਤਾਂ ਅਲੱਗ ਕਰ ਦਿੱਤੇ ਲੜਕੇ ਅਲੱਗ ਕਰ ਦਿੱਤੇ ਲੜਕਿਆਂ ਵਿੱਚ ਵੀ ਕਈ ਕੈਟਾਗਰੀਜ਼ ਹੈ ਕਈ ਥੋੜ੍ਹੇ ਹਾਈਪਰ ਹੈਗੇ ਹੈ ਇਹਦੇ ਡਿਪਰੈਸ਼ਨ 'ਚ ਕਿੰਨਾ ਬੱਚੇ ਕਿਸ ਤਰ੍ਹਾਂ ਦੇ ਹੁੰਦੇ ਨੇ ਕਿਹੜੇ ਬੱਚੇ ਮਤਲਬ ਕੌਣ ਬੱਚੇ ਘਰ ਛੱਡਦੇ ਘਰ ਦੇ ਛੱਡਦੇ ਜਾਂ ਕਿਸ ਤਰ੍ਹਾਂ ਉਹਦੇ ਵਿੱਚ ਪੁਲਿਸ ਜ਼ਿਆਦਾ ਪੁਲਿਸ ਜਿਹੜੀ ਬੱਚੇ ਹੁਣ ਵੀ ਲੈ ਕੇ ਆਏ ਨਾ ਜਿਵੇਂ ਜਦੋਂ ਮੈਂ ਆਇਆ 3 ਦਿਨ ਪਹਿਲਾਂ ਬੱਚਾ ਸਾਡੇ ਕੋਲ ਪਹੁੰਚਿਆ ਉੱਥੇ ਉਸ ਵੇਲੇ ਬੱਚਾ ਆਨੰਦਪੁਰ ਸਾਹਿਬ ਕਿਤੇ ਉੱਥੇ ਹੋਸਪਿਟਲ ਦੇ ਵਿੱਚ ਰੁੜਦਾ ਰੁੜਦਾ ਕਿਸ ਤਰੀਕੇ ਨਾਲ ਪਹੁੰਚ ਗਿਆ ਅਤੇ ਹੋਸਪਿਟਲ ਵੱਲੋਂ ਫਿਰ ਉਹ ਮਤਲਬ ਜਿਹੜਾ ਰੋਪੜ ਦੀ ਚਾਈਲਡ ਵੈਲਫੇਅਰ ਕਮੇਟੀ ਨੇ ਜਦੋਂ ਉਹਨਾਂ ਨੇ ਫੋਨ ਕੀਤਾ ਤਾਂ ਤੁਰੰਤ ਸਾਡੇ ਕੋਲ ਚਾਈਲਡ ਵੈਲਫੇਅਰ ਕਮੇਟੀ ਰੋਪੜ ਵੱਲੋਂ ਦਾਖਲ ਹੋਏ ਪੁਲਿਸ ਵੱਲੋਂ ਇਸ ਤਰ੍ਹਾਂ ਅਲੱਗ ਅਲੱਗ ਤਰੀਕੇ ਨਾਲ ਬਜ਼ੁਰਗਾਂ ਨੂੰ ਵੀ ਸੋਸ਼ਲ ਸਿਕਿਉਰਿਟੀ ਆਫਿਸਰ ਹੈ ਚਾਈਲਡ ਪ੍ਰੋਟੈਕਸ਼ਨ ਆਫਿਸਰ ਹੈ ਤਾਂ ਲੀਗਲ ਸਰਵਿਸ ਅਥਾਰਟੀ ਜਿਹੜੀ ਹੈਗੀ ਜੁਡੀਸ਼ੀਅਲ ਅਤੇ ਸਾਹਿਬ ਡਿਵੀਜ਼ਨਲ ਮੈਜਿਸਟਰੇਟ ਅਤੇ ਹੋਸਪਿਟਲਾਂ ਵੱਲੋਂ ਕਾਫੀ ਕੇਸ ਹੈ ਇਸ ਤਰੀਕੇ ਨਾਲ ਸਾਡੇ ਕੋਲ ਇੱਕ ਮਹੀਨੇ 'ਚ ਕਾਫੀ ਕੇਸ ਹੈ ਇਸ ਤਰੀਕੇ ਨਾਲ ਆ ਰਹੇ ਜੀ ਇਸ ਤੋਂ ਪਹਿਲਾਂ ਆਪਾਂ ਵਿਦਾ ਲਈਏ ਇੱਕ ਸਵਾਲ ਮੈਂ ਜ਼ਰੂਰ ਸਾਡੇ ਦਰਸ਼ਕਾਂ ਵਾਸਤੇ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਉਹ ਸਮੱਸਿਆ ਨਹੀਂ ਹੈ ਕੁੜੀਆਂ ਵਾਸਤੇ ਖਾਸ ਤੌਰ 'ਤੇ ਗੱਲ ਕਰੀਏ ਪਹਿਲੇ ਸਮੇਂ ਦੇ ਵਿੱਚ ਸੀਗੀ ਸਮੱਸਿਆ ਸਿਕਿਓਰ ਦਾਜ ਜੇ ਉਹ ਕਈ ਕੁਛ ਸੀਗੀ ਪ੍ਰੋਬਲਮ ਅਤੇ ਤਾਂ ਲੋਕ ਕੁੜੀਆਂ ਜੰਮਣ ਤੋਂ ਡਰਦੇ ਸੀ ਅੱਜ ਕੱਲ੍ਹ ਦਾਜ ਦੀ ਕੋਈ ਬਾਹਲੀ ਪ੍ਰੋਬਲਮ ਨਹੀਂ ਹੈਗੀ ਤਕੜੇ ਘਰਾਂ ਦੀ ਗੱਲ ਕਰੀਏ ਉਹ ਵੀ ਕੁੜੀਆਂ ਜੰਮਣ ਤੋਂ ਡਰਦੇ ਨੇ ਅਤੇ ਕੋਈ ਪੜ੍ਹੇ ਲਿਖੇ ਨੇ ਸਿਕਿਓਰ ਦੀ ਵੀ ਐਡੀ ਚਲੋ ਪ੍ਰੋਬਲਮ ਹੈਗੀ ਹੈ ਸਿਕਿਓਰ ਨਹੀਂ ਹੈ ਫਿਰ ਵੀ ਕੀ ਕਾਰਨ ਲੋਕ ਕੁੜੀਆਂ ਜੰਮਣ ਤੋਂ ਕਿਉਂ ਡਰਦੇ ਨੇ ਮੈਨੂੰ ਇਹ ਲੱਗਦਾ ਕਿ ਕੁੜੀਆਂ ਨੂੰ ਸਿਕਿਓਰ ਨਹੀਂ ਸਮਝਦਾ ਆਪਣੇ ਸਮਾਜ ਨਹੀਂ ਸਾਡੇ ਸਮਾਜ ਦੇ ਵਿੱਚ ਹਾਲਾਤ ਤੁਸੀਂ ਮਤਲਬ ਦੇਖਦੇ ਹੀ ਹੈ ਸਾਰਾ ਕੁਛ ਜੀ ਅਤੇ ਉਹ ਜਿਹੜਾ ਸਾਨੂੰ ਇਨਵਾਇਰਮੈਂਟ ਜੋ ਮਾਹੌਲ ਜੋ ਸਿਸਟਮ ਜੋ ਉੱਥੇ ਮਤਲਬ ਚਾਹੀਦਾ ਜਿਸ ਤਰੀਕੇ ਨਾਲ ਉਸ ਚੀਜ਼ ਦੀ ਵੀ ਇੱਕ ਵੱਡੀ ਘਾਟ ਹੈਗੀ ਇਸ ਚੀਜ਼ ਦਾ ਮਨ 'ਤੇ ਉੱਤੇ ਜਿਹੜਾ ਪ੍ਰਭਾਵ ਹੈ ਪਰ ਫਿਰ ਵੀ ਸਾਡੀ ਵੀਕਨੈਸ ਹੈ ਸਾਡੀ ਕਮਜ਼ੋਰੀ ਹੈ ਅਤੇ ਜਿਸ ਕਰਕੇ ਅਸੀਂ ਇਸ ਤਰੀਕੇ ਦੇ ਡਿਸੀਜਨ ਲੈਂਦੇ ਅਤੇ ਸੋਚਦੇ ਹਾਂ ਅਤੇ ਮੈਨੂੰ ਲੱਗਦਾ ਗੁਰੂ ਸਾਹਿਬ ਦਾ ਜਿਵੇਂ ਹੁਣ ਅਸੀਂ 550 ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸਾਨੂੰ ਗੁਰੂਆਂ ਦੇ ਜਿਹੜੇ ਮਤਲਬ ਸਿਧਾਂਤ ਹੈ ਉਹਨਾਂ ਨੂੰ ਵਿਚਾਰ ਕੇ ਜੇਕਰ ਸੇਧ ਲਈਏ ਤਾਂ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਸ਼ੰਕੇ ਨਿਵਰਤ ਹੋ ਜਾਣਗੇ ਅਤੇ ਸਾਡਾ ਮਤਲਬ ਜੀਵਨ ਅਤੇ ਸਮਾਜ ਵੀ ਬਦਲ ਜਾਏਗਾ ਜੀ ਆਪਣਾ ਸਮਾਂ ਤਕਰੀਬਨ ਸਮਾਪਤ ਆਪਾਂ ਕਾਫੀ ਉੱਤੇ ਲੈ ਗਏ ਪਰ ਫਿਰ ਵੀ ਮੈਂ ਚਾਹਾਂਗਾ ਅਖੀਰ ਦੇ ਵਿੱਚ ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਨੇ ਸੈਕਰਾਮੈਂਟੋ ਦੇ ਏਰੀਏ ਦੇ ਨੇ ਕੈਲੀਫੋਰਨੀਆ ਦੇ ਨੇ ਜਾਂ ਕੈਲੀਫੋਰਨੀਆ ਤੋਂ ਬਾਹਰ ਅਮੈਰੀਕਾ ਦੇ ਨੇ ਕਨੇਡਾ ਦੇ ਨੇ ਆਸਟ੍ਰੇਲੀਆ ਦੇ ਨੇ ਨਿਊਜ਼ੀਲੈਂਡ ਜਿੱਥੇ ਵੀ ਕੋਈ ਦੇਖ ਰਹੇ ਸੁਣ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਅਖੀਰ 'ਤੇ ਦਿਓ ਕੋਈ ਨਾ ਕੋਈ ਬੇਨਤੀ ਜ਼ਰੂਰ ਕਰੋ ਬਿਲਕੁਲ ਜੀ ਪਹਿਲੀ ਗੱਲ ਤਾਂ ਮੈਂ ਸਾਰਿਆਂ ਦਾ ਪ੍ਰਭ ਆਸਰਾ ਸਮੁੱਚੇ ਪਰਿਵਾਰ ਵੱਲੋਂ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਦੇ ਕਰਕੇ ਡੇਲੀ ਦਾ ਲੱਖਾਂ ਦਾ ਖਰਚਾ ਉੱਥੇ ਉਹਨਾਂ ਦਾ ਚੱਲ ਰਿਹਾ ਜਿੱਥੇ ਡਾਕਟਰਾਂ ਦਾ ਸਾਰਿਆਂ ਦਾ ਹੈ ਨਾ ਅਤੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਤੁਸੀਂ ਜਦੋਂ ਪੰਜਾਬ ਦੀ ਧਰਤੀ 'ਤੇ ਆਏ ਤਾਂ ਤੁਸੀਂ ਜ਼ਰੂਰ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਭਾਵੇਂ 5 ਮਿੰਟ ਹੀ ਜਿਵੇਂ ਮੋਹਾਲੀ ਤੋਂ ਆਪਾਂ ਐਸੇ ਐਸੇ ਨਗਰ ਤੋਂ ਰੋਪੜ ਵੱਲ ਜਾਂਦੇ ਖਰੜ ਕੁਰਾਲੀ ਹਾਈਵੇ ਦੇ ਉੱਤੇ ਪ੍ਰਭ ਆਸਰਾ ਤੁਸੀਂ ਨੈੱਟ ਦੇ ਉੱਤੇ ਵੀ ਦੇਖ ਸਕਦੇ ਹੋ ਐਡਰੈਸ ਲੈ ਸਕਦੇ ਹੋ ਅਤੇ ਤੁਸੀਂ ਜ਼ਰੂਰ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਉੱਥੇ 5 ਮਿੰਟ ਜ਼ਰੂਰ ਤੁਸੀਂ ਸਾਨੂੰ ਦਰਸ਼ਨ ਦਿਓ ਅਤੇ ਦੇਖਿਓਗੇ ਤੁਹਾਡੀ ਇੰਨੀ ਖੂਨ ਪਸੀਨੇ ਦੀ ਕਮਾਈ ਦੇ ਸੰਬੰਧ ਨਾਲ ਉੱਥੇ ਜੋ ਕੁਛ ਚੱਲ ਰਿਹਾ ਕਿਤੇ ਜ਼ਿਆਦਾ ਸਮਰੱਥਾ ਤੋਂ ਵੱਧ ਜਿਹੜੀ ਉੱਥੇ ਮਤਲਬ ਸ਼ੈੱਡਾਂ ਤੱਕ ਵੀ ਅਸੀਂ ਇੱਕ ਇੱਕ ਬੈੱਡ ਦੇ ਦੋ ਦੋ ਪਾ ਕੇ ਵੀ ਤਾਂ ਕਿ ਸੜਕਾਂ 'ਤੇ ਨਾ ਰੁਲੇ ਅਤੇ ਅਸੀਂ ਮਤਲਬ ਦਿਨ ਰਾਤ ਉੱਥੇ ਯਤਨਸ਼ੀਲ ਹੈ ਅਤੇ ਮੈਨੂੰ ਲੱਗਦਾ ਵੀ ਤੁਸੀਂ ਆ ਕੇ ਬਹੁਤ ਸਾਨੂੰ ਸੁਝਾਅ ਵੀ ਦੇ ਸਕਦੇ ਜਿਹਦੇ ਨਾਲ ਬੜੀ ਅਰਲੀ ਇੰਪਰੂਵਮੈਂਟ ਅਤੇ ਰੀਹੈਬਲੀਟੇਸ਼ਨ ਲਈ ਅਸੀਂ ਹੋਰ ਵੀ ਸੁਧਾਰ ਕਰਕੇ ਲੋੜੀਂਦੇ ਪ੍ਰਬੰਧ ਕਰ ਸਕਦੇ ਜੀ ਬਿਲਕੁਲ ਜੀ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਅੱਜ ਗੱਲਬਾਤ ਕੀਤੀ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਹੈ ਜ਼ਰੂਰ ਉਹਨਾਂ ਨੂੰ ਲੱਗਿਆ ਹੋਏਗਾ ਕਿ ਸਾਨੂੰ ਵੀ ਸੇਵਾ ਕਰਨੀ ਚਾਹੀਦੀ ਔਰ ਸਹੀ ਜਗ੍ਹਾ ਸੇਵਾ ਕਰਨੀ ਚਾਹੀਦੀ ਹੈ ਪ੍ਰਭ ਆਸਰਾ ਦੀ ਗੱਲ ਕਰੀਏ ਤਾਂ ਪ੍ਰਭ ਆਸਰਾ 'ਤੇ ਕਦੇ ਵੀ ਜਿਵੇਂ ਕੋਈ ਕਿੰਤੂ ਪਰੰਤੂ ਜਾਂ ਕਿਸੇ ਕਿਸ ਤਰ੍ਹਾਂ ਦਾ ਚਾਹੇ ਝੂਠਾ ਵੀ ਨਹੀਂ ਕਦੇ ਕਿਸੇ ਨੇ ਕਿੰਤੂ ਪਰੰਤੂ ਕੀਤਾ ਇੱਕ ਸੱਚੀ ਸੰਸਥਾ ਸੱਚੀ ਸੇਵਾ ਕਰਨ ਵਾਲੀ ਸੰਸਥਾ ਹੈਗੀ ਹੈ ਬਾਕੀ ਇਹਨਾਂ ਦੇ ਫੋਨ ਨੰਬਰ ਜਿਹੜੇ ਸਕਰੀਨ 'ਤੇ ਆ ਰਹੇ ਆ ਉਹਨਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਫਿਰ ਮੈਂ ਵੀ ਇੱਕ ਵਾਰ ਦੱਸਦਾ 626-252-79-50 ਇਹਨਾਂ ਦਾ ਨੰਬਰ ਇੱਥੋਂ ਦਾ ਹੈਗਾ ਸ਼ਮਸ਼ੀਰ ਸਿੰਘ ਜੀ ਦਾ ਅਤੇ ਇੰਡੀਆ ਦਾ ਹੈਗਾ 98-150-83-293 ਇਹਨਾਂ ਨੰਬਰਾਂ 'ਤੇ ਗੱਲਬਾਤ ਕਰਕੇ ਤੁਸੀਂ ਕੋਈ ਵੀ ਆਪਣੀ ਸੇਵਾ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ ਬਾਕੀ ਕੋਈ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਮੇਰੀ ਈਮੇਲ ਆਈ ਡੀ ਨੋਟ ਕਰ ਲਓ jaggi@jasbroadcasting.com ਜਾਂ ਫਿਰ info@jasbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ